रब सस किरण उदर सागर को गंग तरंग अंत को पावे रुद्र ध्यान ज्ञान सतगुर के कबजन पल उन्हें जो गावे पले अमरदास गुण तेरे तेरी उपमा तुहे बन आवे सो कहो टल गुर सेविया अहनिस सहज सुभाए दर्शन परसिया गुरु कै जन्म मरण दुख जाए सतनाम वाहे गुरु साहिब जीओ ए शरीरा मेरिया हर तुम मह जोत रखी था तू जग मह आया ए शरीरा मेरिया हर तुम मैं जोत रखी ता तू जग मह आया हर जोत रखी तुद विच ता तू जग मह आया हर आपे माता आपे पिता जिन जियो उपाए जगत दिखाया गुर प्रसादी बूझया ता चलत हुआ चलत नदरी आया कह नानक सृष्ट का मूल रचिया जोत राखी ता तू जग मह आया मन चाओ भया प्रभ आगम सुनिया हर मंगल गाओ सखी ग्रह मंदर बनिया हर गाओ मंगल नित सखिए सोग दुख ना व्यापए गुर चरण लागे दिन सुभागे अपना पिर जापए अनहत बाणी गुर शब्द जानी हर नाम हर रस भोगो कह नानक प्रभ आप मिलिया करण कारण जोगो अनहत बाणी गुर शब्द जानी हर नाम हर रस भोगो कह नानक प्रभ आप मिलिया करण कारण जोगो वाहिगुरु जी का खालसा वाहिगुरु जी की फतेह सतगुरु दीन दुनिया दे पातशाह अकाल पुरख दे प्रतख स्वरूप शब्द गुरु आदि श्री गुरु ग्रंथ साहिब महाराज आप जी दी पावन पवित्र हजूरी विच सज बैठे सत्कारयोग गुरु खालसा साध संगत जीओ आप जी हजूर दे चरणों विच पहुँच के अमृतमई कथा लड़ीवार कथा भाई साहब तो सरवण करके जीवन सफल कर रहे सी अज दे अगले समय विच लड़ीवार आनंद साहब की कथा विच 33 और 34 नंबर पौड़ियां दा पाठ आप जी ने सुनिया है। गुरु अमरदास सच्चे पातशाह जी इन्हां पौड़ियां विच इस दुनिया विच मनुखा शरीर
ਕਿਵੇਂ ਮਿਲਿਆ ਔਰ ਇਹ ਕਾਹਦੇ ਵਾਸਤੇ ਮਿਲਿਆ ਹੈ, ਇਹਦੇ ਵਿੱਚ ਕੀ ਹੈ, ਇਹ ਸਾਰੀਆਂ ਗੱਲਾਂ ਦੱਸੀਆਂ ਹਨ। ਮਹਾਰਾਜ ਕਹਿੰਦੇ ਇਹਦੇ ਵਿੱਚ ਜੋਤ ਹੈ, ਜੋਤ ਦਾ ਮਤਲਬ ਪ੍ਰਕਾਸ਼ ਹੈ। ਪਰਮਾਤਮਾ ਨੇ ਇਸ ਸਰੀਰ ਦੇ ਵਿੱਚ ਆਪਣੇ ਆਪ ਦੇ ਵਿੱਚੋਂ ਜੋਤ ਕੱਢ ਕੇ ਸਰੀਰ ਵਿੱਚ ਪਾਈ ਅਤੇ ਉਹਦੀ ਆਪਣੀ ਜੋਤ ਘਟੀ ਨਹੀਂ। ਇਹ ਨਹੀਂ ਕਿ ਉਹਨੇ ਆਪਣੇ ਸਰੀਰ ਵਿੱਚੋਂ ਬੰਦਾ ਜੇ ਕੋਈ ਕੱਢ ਕੇ ਇੱਕ ਅੰਗ ਦੂਜੇ ਨੂੰ ਦੇਵੇ ਅਤੇ ਉਹਦਾ ਅੰਗ ਘਟ ਜਾਂਦਾ। ਮੰਨ ਲਓ ਇੱਕ ਅੱਖ ਹੀ ਕਿਸੇ ਨੂੰ ਦੇਣੀ ਹੈ ਅਤੇ ਦੂਜੇ ਨੂੰ ਤਾਂ ਮਿਲੇਗੀ ਜੇ ਪਹਿਲੇ ਦੀ ਨਿਕਲ ਗਈ, ਘਟ ਗਈ। ਪਰ ਪਰਮਾਤਮਾ ਇਸ ਤਰ੍ਹਾਂ ਦਾ ਨਹੀਂ ਹੈ। ਉਹਨੇ ਆਪਣੇ ਵਿੱਚੋਂ ਸਾਧ ਸੰਗਤ ਜੀ ਜੋਤ ਕੱਢ ਕੇ ਹਰ ਇੱਕ ਸਰੀਰ ਦੇ ਵਿੱਚ ਰੱਖਦਾ ਗਿਆ ਅਤੇ ਹੁਣ ਵੀ ਰੱਖ ਰਿਹਾ। ਪਰ ਉਹਦੀ ਜੋਤ ਆਪਣੀ ਕਦੀ ਘਟਦੀ ਨਹੀਂ, ਉਹ ਲਗਾਤਾਰ ਉਸੇ ਤਰ੍ਹਾਂ ਬਰਕਰਾਰ ਹੈ, ਉਸੇ ਤਰ੍ਹਾਂ ਬਣੀ ਹੋਈ। ਫਿਰ ਇਸ ਸਰੀਰ ਦੇ ਅੰਦਰ ਉਹਨੇ ਆਪਣਾ ਆਸਨ ਲਾਇਆ ਹੋਇਆ, ਇਸ ਸਰੀਰ ਦੇ ਵਿੱਚ ਬੈਠਾ ਹੋਇਆ, ਜਿਵੇਂ ਕਿ ਬਾਣੀ ਦੇ ਵਿੱਚ ਹੀ ਬਚਨ ਆਉਂਦੇ ਨੇ, ਆਪੀ ਨੇ ਆਪ ਸਾਜਿਓ। ਪਰਮੇਸ਼ਰ ਨੇ ਆਪਣੇ ਰਹਿਣ ਵਾਸਤੇ ਮਨੁੱਖਾ ਸਰੀਰ ਬਣਾਇਆ ਹੈ। ਵੈਸੇ ਤਾਂ ਉਹ ਸਾਰਿਆਂ ਵਿੱਚ ਹੀ ਰਹਿੰਦਾ, ਉਹਦੇ ਤੋਂ ਖਾਲੀ ਕੋਈ ਨਹੀਂ, ਉਹ ਜੋਤ ਸਾਰਿਆਂ ਵਿੱਚ ਵਿਦਮਾਨ ਭਰਪੂਰ ਹੈ। ਪਰ ਇਹ ਜਿਹੜਾ ਮਨੁੱਖਾ ਸਰੀਰ ਹੈ, ਇਹਦੇ ਵਿੱਚ ਇੱਕ ਵਿਸ਼ੇਸ਼ਤਾ ਕੀ ਹੈ? ਇਹਦੇ ਵਿੱਚ ਵਿਸ਼ੇਸ਼ਤਾ ਵੀ ਇਹਦੇ ਵਿੱਚ ਉਹ ਜੋਤ ਪ੍ਰਗਟ ਹੋ ਸਕਦੀ, ਬਾਕੀ ਜੂਨਾਂ ਵਿੱਚ ਪ੍ਰਗਟ ਨਹੀਂ ਹੋ ਸਕਦੀ। ਗੁਪਤ ਜ਼ਰੂਰ ਹੈ, ਸਾਰਿਆਂ ਸਰੀਰਾਂ ਵਿੱਚ ਗੁਪਤ ਵਰਤ ਰਿਹਾ ਹੈ। ਹਰ ਇੱਕ ਸਰੀਰ ਦੇ ਵਿੱਚ ਜਲ ਥਲ ਪਾਣੀ ਦੇ ਵਿੱਚ ਵੀ ਇਹ ਮਹਾਰਾਜ ਕਹਿੰਦੇ ਨੇ, ਆਕਾਸ਼ ਦੇ ਵਿੱਚ ਵੀ ਹੈ, ਧਰਤੀ ਦੇ ਵਿੱਚ ਵੀ ਉਹਦੀ ਜੋਤ ਸਮਾਈ ਹੋਈ ਹੈ, ਸਾਰਿਆਂ ਦੇ ਵਿੱਚ ਹੀ ਹੈ। ਉੱਥੇ ਗੁਪਤ ਹੈ, ਜਲ ਥਲ ਮਈਅਲ ਗੁਪਤੋ ਵਰਤੈ, ਇਹ ਗੁਪਤ ਵਰਤ ਰਿਹਾ ਹੈ ਪਾਣੀ ਵਿੱਚ, ਸਾਰੇ ਕੁਝ ਦੇ ਵਿੱਚ। ਅਤੇ ਸਾਧ ਸੰਗਤ ਜੀ ਇੱਕ ਮਨੁੱਖਾ ਸਰੀਰ ਹੈ ਜਿਹਦੇ ਵਿੱਚ ਗੁਰ ਸ਼ਬਦੀ, ਜਿਹਦੇ ਕੋਲ ਗੁਰੂ ਸ਼ਬਦ ਨੂੰ ਜਪਣ ਦੀ ਸਮਰੱਥਾ ਹੈ, ਹੈ ਸਭ ਥਾਂ 'ਤੇ, ਕੋਈ ਐਸੀ ਜ਼ਰਾ ਨਹੀਂ, ਕੋਈ ਐਸਾ ਥਾਂ ਨਹੀਂ, ਕੋਈ ਐਸਾ ਇੰਚ ਵੀ ਨਹੀਂ ਹੈ ਜਿੱਥੇ ਉਹਦੀ ਜੋਤ ਨਹੀਂ ਵਰਤ ਰਹੀ। ਪਰ ਪ੍ਰਗਟ ਕਿਤੇ ਨਹੀਂ ਹੁੰਦੀ। ਮਹਾਰਾਜ ਕਈ ਥਾਵਾਂ 'ਤੇ ਕਹਿੰਦੇ ਕਿ ਘੱਟ ਘੱਟ ਮੈਂ ਹਰਜੂ ਬਸੈ, ਸੰਤਨ ਕਹਿਓ ਪੁਕਾਰ। ਜਾਂ ਭਗਤ ਜੀ ਕਹਿੰਦੇ ਨੇ, ਚੀਟੀ 'ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਔਰ ਭਗਤਾਂ ਨੇ ਵੀ ਕਿਹਾ ਹੈ ਕਿ ਸਭੈ ਘੱਟ ਰਾਮ ਬੋਲੈ। ਇੱਕ ਪਸ਼ੂ ਵੀ ਬੋਲਦਾ ਅਤੇ ਉਹਦੇ ਵਿੱਚ ਵੀ ਆਵਾਜ਼ ਉਹਦੀ ਆ ਰਹੀ ਹੈ। ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ। ਹਰ ਇੱਕ ਚੀਜ਼ ਦੇ ਵਿੱਚ ਉਹ ਸਮਾਇਆ ਹੋਇਆ ਹੈ, ਪਰ ਉਹ ਸਿਰਫ ਸਮਾਇਆ ਹੋਇਆ, ਉਹਦੇ ਵਿੱਚ ਉਹ ਪ੍ਰਗਟ ਨਹੀਂ ਕਰ ਸਕਦਾ। ਇੱਕ ਪਸ਼ੂ ਉਹਨੂੰ ਸਾਹਮਣੇ ਪ੍ਰਗਟ ਨਹੀਂ ਕਰ ਸਕਦਾ ਵੀ ਆਹ ਪਰਮਾਤਮਾ ਹੈ। ਪ੍ਰਗਟ ਕੌਣ ਕਰ ਸਕਦਾ? ਸਿਰਫ ਮਨੁੱਖ ਕਰ ਸਕਦਾ। ਅਤੇ ਮਨੁੱਖ ਦੇ ਵਿੱਚੋਂ ਜੋਤ ਪ੍ਰਗਟ ਤਾਂ ਹੋਵੇਗੀ, ਇਹਦੇ ਵਿੱਚ ਵੀ ਇਸ ਤਰ੍ਹਾਂ ਜੋਤ ਲੁਕੀ ਹੋਈ ਹੈ, ਇਹਦੇ ਵਿੱਚ ਵੀ ਇਸ ਤਰ੍ਹਾਂ ਲੁਕੀ ਹੈ ਜਿਵੇਂ ਆ ਸਾਹਮਣੇ ਲੱਗੀ ਹੋਈ ਲੱਕੜ ਦੇ ਵਿੱਚ ਅੱਗ ਲੁਕੀ ਪਈ। ਹੁਣ ਭਾਵੇਂ ਸਾਰੀ ਉਮਰ ਇੱਥੇ ਲੱਕੜ ਪਈ ਰਹੀ, ਇਹਦੇ ਵਿੱਚੋਂ ਅੱਗ ਸਾਨੂੰ ਦਿਸਣੀ ਨਹੀਂ, ਕਹਿਣ ਨੂੰ ਆਪਾਂ ਕਹਾਂਗੇ ਵੀ ਲੱਕੜ ਦੇ ਵਿੱਚ ਅੱਗ ਹੈ, ਦਿਸੇਗੀ ਕਦੋਂ? ਜਦੋਂ ਇਹਨੂੰ ਬਾਹਰੋਂ ਅੱਗ ਲਾਈ ਗਈ। ਜਦੋਂ ਬਾਹਰੋਂ ਅੱਗ ਲਾ ਦਿੱਤੀ, ਉਦੋਂ ਇਸ ਲੱਕੜ ਦੇ ਵਿੱਚੋਂ ਅੱਗ ਨੇ ਭਾਂਬੜ ਬਣ ਕੇ ਵਿੱਚੋਂ ਨਿਕਲ ਆਉਣਾ ਹੈ ਜਿਹੜੀ ਵਿੱਚ ਪਈ ਹੋਈ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਹੋਰ ਉਦਾਹਰਣ ਦਿੱਤੀ ਹੈ। ਉਹ ਕਹਿੰਦੇ ਨੇ, ਜਿਵੇਂ ਮੱਝ ਦਾ ਦੁੱਧ ਚੋਇਆ
ਅਤੇ ਉਸ ਦੁੱਧ ਦੇ ਵਿੱਚ ਘਿਓ ਹੈ, ਪਰ ਬਿਨਾਂ ਜੁਗਤ ਤੋਂ ਘਿਓ ਦੇ ਵਿੱਚੋਂ ਨਿਕਲਦਾ ਨਹੀਂ, ਪ੍ਰਗਟ ਨਹੀਂ ਹੁੰਦਾ। ਉਹਦੇ ਲਈ ਜੁਗਤ ਸਿਸਟਮ ਤਰੀਕਾ ਵਰਤਣਾ ਪਏਗਾ ਤਾਂ ਨਿਕਲੇਗਾ। ਔਰ ਗੁਰੂ ਸਾਹਿਬ ਨੇ ਬਕਾਇਦਾ ਇਹ ਬਚਨ ਵੀ ਕਹੇ ਨੇ, ਜਿਹਦੇ ਵਿੱਚ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੇ ਕੋ ਜਾਵੋ। ਪਹਿਲਾਂ ਭਾਂਡਾ ਧੋਣਾ ਪੈਂਦਾ, ਫਿਰ ਭਾਂਡੇ ਨੂੰ ਸਾਫ਼ ਕਰਨਾ ਪੈਂਦਾ। ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੇ ਕੋ ਜਾਵੋ। ਦੁੱਧ ਕਰਮ, ਕਰਮ ਮੈਨੇ ਚੰਗੇ ਕੰਮ ਕਰਨੇ, ਇਹ ਦੁੱਧ ਹੈ ਚੰਗੇ ਕਰਮ ਕਰਨੇ। ਇੱਥੋਂ ਸ਼ੁਰੂਆਤ ਹੁੰਦੀ, ਧਰਮ ਦੀ ਆਰੰਭਤਾ ਹੁੰਦੀ ਇਹ ਦੁੱਧ ਤੋਂ। ਜੇ ਘਿਓ ਕੱਢਣਾ ਨਾ ਤਾਂ ਘਿਓ ਦੀ ਆਰੰਭਤਾ ਦੁੱਧ ਤੋਂ ਹੋਵੇਗੀ, ਸ਼ੁਰੂਆਤ ਉੱਥੋਂ ਹੋਵੇਗੀ। ਇਸੇ ਤਰ੍ਹਾਂ ਜਿਵੇਂ ਘਿਓ ਦੀ ਸ਼ੁਰੂਆਤ ਦੁੱਧ ਤੋਂ ਹੁੰਦੀ ਹੈ, ਸਾਧ ਸੰਗਤ ਜੀ ਇਸੇ ਤਰ੍ਹਾਂ ਬਿਲਕੁਲ ਪਰਮਾਤਮਾ ਦੀ ਸ਼ੁਰੂਆਤ, ਅੰਮ੍ਰਿਤ ਦੀ ਸ਼ੁਰੂਆਤ ਕਰਮਾਂ ਤੋਂ ਹੁੰਦੀ ਹੈ। ਕਰਮ ਆਰੰਭ ਕਰਨੇ ਪੈਣਗੇ, ਸਭ ਤੋਂ ਪਹਿਲਾਂ ਸਰੀਰ ਤੋਂ ਕੰਮ ਸ਼ੁਰੂ ਕਰਨਾ ਪਏਗਾ। ਭਾਵੇਂ ਅਸੀਂ ਕਹਿੰਦੇ ਹਾਂ ਪਰਮਾਤਮਾ ਤੇ ਅੰਦਰ, ਬਿਲਕੁਲ ਅੰਦਰ ਹੀ ਪਰਮਾਤਮਾ ਦੇ, ਕੋਈ ਸ਼ੱਕ ਨਹੀਂ ਇਹਦੇ ਵਿੱਚ। ਇਸੇ ਤਰ੍ਹਾਂ ਘਿਓ ਤੇ ਅੰਦਰ ਹੀ ਹੈ ਦੁੱਧ ਦੇ, ਜੇ ਆਪਾਂ ਇਹ ਕਹਿ ਦਈਏ ਅੰਦਰ ਹੀ, ਬਸ ਮੰਨ ਲਿਆ ਵੀ ਹੈ ਘਿਓ ਅੰਦਰ ਹੈ, ਅੰਦਰ ਹੈ ਤਾਂ ਭਾਵੇਂ ਸਾਰੀ ਉਮਰ ਪਿਆਰ ਹੈ। ਜਿੰਨਾ ਚਿਰ ਤੁਸੀਂ ਉਹਨੂੰ ਬਾਹਰੋਂ ਲੱਸੀ ਨਹੀਂ ਲਾਉਂਦੇ ਦੁੱਧ ਨੂੰ, ਜਿੰਨਾ ਚਿਰ ਉਹਨੂੰ ਤੁਸੀਂ ਉਹ ਗਰਮ ਨਹੀਂ ਕਰਦੇ, ਉਹਦਾ ਦਹੀਂ ਨਹੀਂ ਬਣਦਾ, ਫਿਰ ਦਹੀਂ ਨੂੰ ਤੁਸੀਂ ਰਿੜਕਦੇ ਨਹੀਂ, ਅਤੇ ਰਿੜਕਣ ਤੋਂ ਬਾਅਦ ਮੱਖਣ ਹੱਥ ਵਿੱਚ ਤਾਂ ਆਵੇਗਾ ਜੇ ਸਿੱਧਾ ਕਹੋ ਵੀ ਦੁੱਧ ਵਿੱਚ ਹੈ। ਇੱਥੇ ਆ ਕੇ ਬੜੀ ਧਾਰਮਿਕ ਦੁਨੀਆ ਫਸੀ ਪਈ। ਸੱਚ ਜਾਣੋ, ਇਕੱਲੇ ਸੰਸਾਰੀ ਨਹੀਂ ਫਸੇ ਪਏ, ਧਰਮੀ ਵੀ ਫਸੇ ਪਏ ਨੇ। ਕਿਉਂ? ਉਹ ਸਿਰਫ ਇੱਕ ਮਨੌਤ ਦੇ ਆਧਾਰ 'ਤੇ ਮੰਨੀ ਜਾਂਦੇ ਨੇ ਵੀ ਰੱਬ ਹੈ ਬਸ, ਸਗੋਂ ਖਿਹੜਾ ਛੁੱਟ ਗਿਆ। ਅਜੇ ਨਾਸਤਿਕ ਨੂੰ ਤਾਂ ਕੁਝ ਨਾ ਕੁਝ ਖਾਰਿਸ਼ ਹੁੰਦੀ ਹੈ ਵੀ ਵੇਖੀਏ ਖਾਂ ਰੱਬ ਹੈ ਕਿ ਨਹੀਂ, ਕਿਤੇ ਨਾ ਕਿਤੇ ਉਹ ਪੁੱਛਦੇ ਨੇ ਵੀ ਹੈ ਕਿ ਨਹੀਂ। ਬੰਦਾ ਪੁੱਛੇਗੇ ਤਾਂ ਉਹਨਾਂ ਨੂੰ ਸ਼ੱਕ ਹੈ ਵੀ ਇੱਥੇ ਹੈ ਕਿਤੇ। ਜਿਵੇਂ ਉਹ ਅਸੀਂ ਤਾਂ ਪੁੱਛਦੇ ਹਾਂ ਵੀ ਇੱਥੇ ਫਲਾਣਾ ਬੰਦਾ ਵੇਖਿਆ ਤੂੰ, ਇਹਦਾ ਮਤਲਬ ਅਸੀਂ ਉਹਨੂੰ ਲੱਭ ਰਹੇ ਹਾਂ। ਨਾਸਤਿਕ ਕਿਉਂ ਪੁੱਛਦਾ ਵੀ ਪਰਮਾਤਮਾ ਨਹੀਂ, ਉਹ ਕਿਉਂ ਕਹਿੰਦਾ? ਉਸ ਉਹਦੀ ਨਹੀਂ ਦੇ ਵਿੱਚ ਵੀ ਉਹਦਾ ਸ਼ੱਕ ਹੈ ਵੀ ਸ਼ਾਇਦ ਕਿਤੇ ਹੋਵੇ, ਉਹ ਕਿਤੇ ਲੱਭ ਰਿਹਾ ਤਾਂ ਪੁੱਛਦਾ। ਪਰ ਜਿਹੜਾ ਆਸਤਿਕ ਹੈ ਸਾਡੇ ਵਾਂਗੂ, ਜਿਵੇਂ ਅਸੀਂ ਹਾਂ, ਮੈਂ ਹੁਣ ਕੱਪੜੇ ਸਾਰੇ ਆ ਪਾ ਲਏ ਨੇ ਗੁਰੂ ਨੇ ਦਿੱਤੇ ਨੇ, ਪਾਠ ਵੀ ਸਵੇਰੇ ਸ਼ਾਮ ਕਰ ਲਈਦਾ, ਰੱਬ ਕਹਿੰਦੇ ਹੁੰਦਾ ਬਸ ਮੰਨ ਲਿਆ, ਹੁਣ ਲੱਭਣ ਦੀ ਕੀ ਲੋੜ ਕਿੱਥੇ ਹੈ? ਇਹ ਸਭ ਤੋਂ ਵੱਡਾ ਖਤਰਾ ਹੈ। ਧਾਰਮਿਕ ਬੰਦੇ, ਆਸਤਿਕ ਬੰਦੇ ਨਾਸਤਿਕ ਨਾਲੋਂ ਜ਼ਿਆਦਾ ਦੁਬਦਾ ਵਿੱਚ ਫਸੇ ਹੋਏ ਨੇ, ਕਿਉਂਕਿ ਨਾਸਤਿਕ ਨੇ ਤਾਂ ਫਾਹ ਹੀ ਵੱਢ ਦਿੱਤਾ ਨਾ ਵੀ ਹੈ ਹੀ ਨਹੀਂ, ਅਤੇ ਆਸਤਿਕ ਕੀ ਕਰਦਾ? ਉਹ ਕਹਿੰਦਾ ਹੈ ਬਸ, ਗੱਲ ਖਤਮ ਹੈ, ਨਾ ਉਹਨੂੰ ਜਪਣਾ, ਨਾ ਉਹਨੂੰ ਵਿੱਚੋਂ ਵੇਖਣਾ, ਨਾ ਕੱਢਣਾ, ਨਾ ਉਹ ਕੰਮ ਕਰਨਾ, ਉਹ ਬਿਲਕੁਲ ਹੀ ਸੌਂ ਗਿਆ। ਇਸ ਕਰਕੇ ਧਾਰਮਿਕ ਬੰਦੇ ਦੀ ਅੱਖ ਵਿੱਚ ਜੇ ਕੋਈ ਚਮਕ ਨਹੀਂ, ਜੇ ਉਹਦੀ ਅੱਖ ਵਿੱਚ ਕੋਈ ਤਸੀਰ ਨਹੀਂ, ਉਹਦੇ ਕੋਲੋਂ ਤੁਹਾਨੂੰ ਕੋਈ ਤਾਜ਼ਗੀ ਨਹੀਂ ਮਿਲਦੀ, ਇਹਦਾ ਮਤਲਬ ਉਹ ਬੰਦਾ ਨਾਸਤਿਕ ਹੀ ਹੈ। ਸਿਰਫ ਉਹਨੇ ਕੱਪੜੇ ਆਸਤਿਕ ਵਾਲੇ ਪਾਏ ਹੋਏ, ਖੋਜ ਨਹੀਂ ਕਰਦਾ, ਉਹ ਬਿਲਕੁਲ ਲੱਭਦਾ ਕੋਈ ਨਹੀਂ ਹੈ। ਔਰ ਜ਼ਿਆਦਾਤਰ ਹੁੰਦਾ ਕੀ ਹੈ, ਧਾਰਮਿਕ ਸਥਾਨਾਂ 'ਤੇ ਵੀ ਸਿਰਫ ਇੱਕ ਰਵਾਇਤ ਦੇ ਮੁਤਾਬਕ ਅਸੀਂ ਚੱਲੀ ਜਾਂਦੇ ਹਾਂ, ਉਹ ਰੱਬ ਨਾਲ ਕੀ ਲੈਣਾ ਦੇਣਾ ਕਿਸੇ ਦਾ, ਹੋਰ ਤਾਂ ਕੋਈ ਲੈਣ ਦੇਣ ਹੈ ਹੀ ਨਹੀਂ। ਇਸ ਕਰਕੇ ਗੁਰੂ ਸਾਹਿਬ ਕੰਮ ਕਰਨ ਲਈ ਕਹਿੰਦੇ ਨੇ, ਕੰਮ ਕਰਨ ਲਈ ਗੁਰੂ ਸਾਹਿਬ ਮਨੌਤ ਨੂੰ, ਠੀਕ ਹੈ ਮਨੌਤ ਸਿਰਫ ਵਿਸ਼ਵਾਸ, ਫੇਥ ਜਿਹੜਾ ਹੈ, ਇੰਨਾ ਕੁ ਚਾਹੀਦਾ ਵੀ ਗੁਰੂ ਨੇ ਕਿਹਾ ਹੈ ਅਤੇ ਮੰਨ ਲੈ ਵੀ ਇਹ ਗੱਲ ਹੈ ਪੱਕੀ ਹੈ, ਉਹਦੇ 'ਤੇ ਸ਼ੱਕ ਨਾ ਕਰੇ, ਵਿਸ਼ਵਾਸ ਸਿਰਫ ਇੰਨਾ। ਵਿਸ਼ਵਾਸ ਦਾ ਅਰਥ ਇਹ ਨਹੀਂ ਸੀ ਵੀ ਗੁਰੂ ਨੇ ਕਹਿ ਦਿੱਤਾ ਹੈ ਅਤੇ ਸਿੱਖ ਰੱਜ ਕੇ ਛੱਕ ਕੇ ਲੰਗਰ 'ਤੇ ਖੇਸ ਲੈ ਕੇ ਸੌਂ ਜਾ, ਇਹ ਵਿਸ਼ਵਾਸ ਥੋੜ੍ਹੀ ਦਿੱਤਾ ਸੀ ਮਹਾਰਾਜ ਨੇ ਵੀ ਗੁਰੂ ਸਾਹਿਬ ਨੇ ਕਿਹਾ ਸੀ ਹੈ ਅਤੇ ਚੰਗਾ ਰੱਜ ਕੇ ਗੁਰੂ ਦੀ ਕਿਰਪਾ ਨਾਲ 5-7-10 ਆਈਟਮਾਂ ਭਰੀਆਂ ਅਤੇ ਰੱਜ ਕੇ ਛੱਕ ਕੇ ਅਤੇ ਆ ਕੇ ਕੰਧਾਂ ਵੇਖ ਲਈਆਂ ਅਤੇ ਬਸ ਵਾਪਸ ਚਲੇ ਗਏ। ਮਹਾਰਾਜ ਕਹਿੰਦੇ ਇਹ ਤਾਂ ਨਹੀਂ ਕੰਮ ਕੋਈ,
ਕਬੀਰ ਸਾਹਿਬ ਕਹਿੰਦੇ ਹੈ ਤੋ ਸਹੀ, ਹੈ ਤੇ ਸਹੀ। ਉਹਨਾਂ ਨੇ ਇੱਥੋਂ ਤੱਕ ਅੱਧੀ ਤੁੱਕ ਕਹੀ ਹੈ, ਕਹਿੰਦੇ ਪਰਮਾਤਮਾ ਹੈ ਤੇ ਸਹੀ, ਇੱਥੋਂ ਤੱਕ ਅਰਥ ਬਣਦੇ ਹੈ ਤੋ ਸਹੀ। ਪਰ ਇਹਦੇ ਨਾਲ ਨਿਬੜਨਾ ਨਹੀਂ, ਕੋਈ ਬੰਦਾ ਕਹੇ ਵੀ ਪਰਮਾਤਮਾ ਹੈ ਤੋ ਸਹੀ, ਅੱਗੇ ਅਗਲੀ ਜਿਹੜੀ ਪੰਕਤੀ ਉਹਦੇ 'ਚ ਕਹਿੰਦੇ ਨੇ ਲਖ ਹੈ ਜੋ ਕੋਈ, ਜੇ ਕੋਈ ਵੇਖੇਗਾ ਤਾਂ ਉਹਦੇ ਵਾਸਤੇ ਪਰਮਾਤਮਾ ਹੈ, ਇਕੱਲੀ ਮਨੌਤ ਵਾਲੇ ਵਾਸਤੇ ਕੋਈ ਪਰਮਾਤਮਾ ਨਹੀਂ ਹੈ। ਉਹ ਤਾਂ ਹੋਰ ਵੀ ਫਸ ਗਿਆ ਕਿਉਂਕਿ ਦਲਿੱਦਰੀ ਹੋ ਗਿਆ, ਉਹਨੇ ਤਾਂ ਕਰਨਾ ਹੀ ਕੁਝ ਨਹੀਂ ਕਿਉਂਕਿ ਹੈ, ਬਸ ਗੱਲ ਮੁੱਕ ਗਈ। ਇਸ ਕਰਕੇ ਵਿਸ਼ਵਾਸ ਦੇ ਅਰਥ ਅਸੀਂ ਗਲਤ ਕੱਢ ਲੈਂਦੇ ਹਾਂ। ਵਿਸ਼ਵਾਸ ਦੇ ਅਰਥ ਅਸੀਂ ਕੱਢ ਲੈਂਦੇ ਹਾਂ ਵੀ ਕਦੀ ਉਹਦੀ ਖੋਜ ਕਰਨੀ ਹੀ ਨਹੀਂ, ਜਿਵੇਂ ਪਾਣੀ ਰੁਕ ਹੀ ਗਿਆ, ਬਿਲਕੁਲ ਜਾਲਾ ਹੀ ਪੈ ਗਿਆ, ਦੁਰਗੰਧੀ ਆਉਣ ਲੱਗ ਪਈ, ਉਹਦੇ ਵਾਸਤੇ ਕੰਮ ਹੀ ਨਹੀਂ ਕਰਨਾ। ਤਾਂ ਗੁਰੂ ਸਾਹਿਬ ਦਾ ਸਿਧਾਂਤ ਨਹੀਂ ਹੈ। ਉਹ ਕਹਿੰਦੇ ਨੇ ਵੀ ਇਹ ਕਹਿਣ ਨਾਲ ਕੁਝ ਨਹੀਂ ਨਿਬੜਦਾ ਵੀ ਦੁੱਧ ਦੇ ਵਿੱਚ ਘਿਓ ਹੈ, ਇਸ ਕਹਿਣ ਨਾਲ ਕੁਝ ਨਹੀਂ ਨਿਬੜਦਾ ਅਤੇ ਨਾ ਇਹ ਮੰਨਣ ਨਾਲ ਕੁਝ ਨਿਬੜਦਾ। ਨਿਬੜਦਾ ਕਾਹਦੇ ਨਾਲ? ਕਹਿੰਦੇ ਜਿੱਦਣ ਤੂੰ ਦੁੱਧ ਨੂੰ ਗਰਮ ਕਰਕੇ ਲੱਸੀ ਲਾਈ, ਉਹ ਕੰਮ ਸ਼ੁਰੂ ਹੋਵੇਗਾ। ਦੂਧ ਕਰਮ ਨਿਬੜਨਾ ਉਦਣ ਜਿੱਦਣ ਤੇਰੇ ਕਰਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਮੁਤਾਬਕ ਹੋਏ, ਉੱਥੋਂ ਕੰਮ ਸ਼ੁਰੂ ਹੋਣਾ ਪਰਮਾਤਮਾ ਨੂੰ ਪ੍ਰਗਟ ਕਰਨ, ਆਰੰਭਤਾ ਉੱਥੋਂ ਹੋਣੀ ਹੈ। ਦੂਧ ਕਰਮ, ਪਹਿਲਾਂ ਦੁੱਧ ਲਿਆ, ਪਹਿਲਾਂ ਕਰਮ, ਉਹਨੂੰ ਕਹਿੰਦੇ ਨੇ ਅਮਲ। ਅਮਲ ਸ਼ਬਦ ਵਰਤਿਆ ਬਾਣੀ ਦੇ ਵਿੱਚ, ਅਮਲ ਕਰ ਧਰਤੀ ਬੀਜ ਸ਼ਬਦੋ ਕਰ, ਸੱਚ ਕੀ ਆਬ ਨਿਤ ਦੇਹੇ ਪਾਣੀ, ਹੋਏ ਕਿਰਸਾਨ ਇਮਾਨ ਜਮਾਏ ਲੈ, ਭਿਸਤ ਦੋਜਕ ਮੂੜੇ ਏਵ ਜਾਣੀ। ਅੱਗੇ ਬਚਨ ਕੀਤੇ ਨੇ ਬਾਬੇ ਨਾਨਕ ਨੇ, ਮਤ ਜਾਣ ਸਹਿ ਗੱਲੀ ਪਾਇਆ। ਵੇਖੀ ਕਿਤੇ ਬੋਲ ਕੇ ਨਾ ਬਸ ਮੰਨ ਲਈ ਵੀ ਹੈ, ਬਸ ਮਤ ਜਾਣ, ਮਤ ਮੈਨੇ ਵੇਖੀ ਕਿਤੇ ਇੱਥੇ ਨਾ ਫਸਿਆ ਰਵੀ, ਗੱਲਾਂ ਵਿੱਚ ਹੀ, ਮੰਨਣ ਵਿੱਚ ਹੀ ਬਸ। ਮਤ ਜਾਣ ਸਹਿ ਗੱਲੀ ਪਾਇਆ, ਮਾਣ ਕਹਿ ਮਾਤੇ, ਤੇਰੇ ਵਿੱਚ ਤਾਂ ਮਾਣ ਹੀ ਬੜਾ, ਤੇਰੇ ਵਿੱਚ ਤਾਂ ਹੰਕਾਰ ਹੀ ਬੜਾ, ਮਾਣ ਤਾਂ ਤੂੰ ਛੱਡਿਆ ਹੀ ਨਹੀਂ। ਮਾਣ ਕਹਿ ਮਾਤੇ ਰੂਪ ਕੀ ਸ਼ੋਭਾ, ਅਤੇ ਇੱਕ ਤੂੰ ਆਪਣੇ ਰੂਪ ਦੀ ਸ਼ੋਭਾ ਕਰਾਈ ਜਾਂਦਾ। ਰੂਪ ਦੀ ਸ਼ੋਭਾ ਕਾਹਦੀ ਹੈ? ਸੁੰਦਰਤਾ ਦੀ ਸ਼ੋਭਾ ਨਹੀਂ, ਇਹ ਧਿਆਨ ਰੱਖਣਾ, ਇਹ ਇੱਕ ਭੇਖ ਦੀ ਗੱਲ ਹੋ ਰਹੀ ਹੈ। ਜਦੋਂ ਸ਼ਬਦ ਵਿੱਚ ਕਿਸੇ ਵੀ ਬਾਣੀ ਦੇ ਸ਼ਬਦ ਦੇ ਵਿੱਚ ਅੱਖਰ ਵਰਤੇ ਜਾਂਦੇ ਨਾ, ਉਹਦਾ ਕੰਸੈਪਟ ਹੁੰਦਾ, ਉਹਦਾ ਵਿਸ਼ਾ ਹੁੰਦਾ, ਉਹਦੇ ਨਾਲ ਸੰਬੰਧਿਤ ਹੁੰਦੇ ਨੇ ਉਹ ਸ਼ਬਦ। ਇੱਥੇ ਰੂਪ ਦਾ ਅਰਥ ਹੁਸਨ ਨਹੀਂ ਹੈ, ਇੱਥੇ ਰੂਪ ਦਾ ਅਰਥ ਕੀ ਹੈ? ਇੱਥੇ ਰੂਪ ਦਾ ਅਰਥ ਹਿੰਦੂ ਨੇ ਆਪਣਾ ਜਨੇਊ ਪਾਇਆ ਉਹਦਾ ਰੂਪ ਹੋਵੇ, ਕਹਿੰਦੇ ਰੂਪ ਦੀ ਸ਼ੋਭਾ ਵਿੱਚ ਹੀ ਪਿਆ ਵੀ ਆ ਗਏ ਪੰਡਿਤ ਜੀ, ਆ ਗਏ ਪੰਡਿਤ ਜੀ। ਪੰਡਿਤ ਦੇ ਕੋਲ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਉਹ ਵੀ ਹੈ, ਇਹਨੂੰ ਕਹਿ ਰੂਪ। ਇੱਕ ਸਿੱਖ ਆ ਗਿਆ, ਉਹਨੇ ਸਿੱਖਾਂ ਵਾਲੇ ਕੱਪੜੇ ਪਾ ਲੈਣੇ, ਅਤੇ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਨੇ ਉਦੋਂ ਭੇਖ ਦਾ ਖੰਡਨ ਨਹੀਂ ਹੁੰਦਾ, ਭੇਖ ਦਾ ਤੱਤ ਸਮਝਾਇਆ ਜਾਂਦਾ ਵੀ ਕਾਹਦੇ ਵਾਸਤੇ ਭੇਖ ਪਾਇਆ। ਵੇਖੀ ਕਿਤੇ ਰੂਪ ਕੀ ਸ਼ੋਭਾ, ਇਕੱਲੇ ਬਾਹਰਲੇ ਰੂਪ ਦੀ ਸ਼ੋਭਾ ਵਿੱਚ ਹੀ ਨਾ ਤੁਰਿਆ ਫਿਰੀ ਵੀ ਮੈਂ ਬਣ ਗਿਆ, ਬਸ ਮੈਂ ਬਣ ਗਿਆ। ਭੇਖ ਬਹੁਤ ਵੱਡੀ ਚੀਜ਼ ਹੈ ਅਤੇ ਭੇਖ ਬਹੁਤ ਵੱਡੀ ਰੁਕਾਵਟ ਵੀ ਹੈ, ਕਿਉਂਕਿ ਬੰਦਾ ਕਈ ਵਾਰੀ ਭੇਖ ਪਾ ਕੇ ਮੰਨ ਲੈਂਦਾ ਵੀ ਮੈਂ ਪਹੁੰਚ ਗਿਆ, ਬਸ ਉੱਥੇ ਭੁਲੇਖਾ ਪੈ ਸਕਦਾ, ਇਕੱਲਾ ਦੂਜਿਆਂ ਨੂੰ ਨਹੀਂ ਪੈਂਦਾ। ਕੱਪੜਿਆਂ ਨਾਲ ਇਕੱਲਾ ਦੂਜਿਆਂ ਨੂੰ ਭੁਲੇਖਾ ਨਹੀਂ ਪੈਂਦਾ ਵੀ ਇਹ ਪਹੁੰਚ ਗਿਆ, ਬੰਦੇ ਨੂੰ ਆਪ ਵੀ ਪੈ ਜਾਂਦਾ ਕਿ ਮੈਂ ਪਹੁੰਚ ਗਿਆ। ਅਤੇ ਜਿਨ੍ਹਾਂ ਨੂੰ ਭੁਲੇਖਾ ਨਹੀਂ ਪਿਆ ਉਹਨਾਂ ਨੇ ਫਿਰ ਕਹਿ ਦਿੱਤਾ, ਕਹਿੰਦੇ ਫਰੀਦਾ ਕੰਨ ਮੁਸੱਲਾ ਸੂਫ ਗਲ, ਕੰਨ ਮੁਸੱਲਾ, ਕੰਨ ਮੈਨੇ ਮੋਢਾ, ਮੁਸੱਲਾ, ਮੁਸੱਲਾ ਮੈਨੇ ਉਹ ਕੱਪੜਾ ਜਿਹਦੇ ਉੱਤੇ ਬਹਿ ਕੇ ਮੁਸਲਮਾਨ ਸੱਜਣ ਨਮਾਜ਼ ਪੜ੍ਹਦੇ। ਜੇ ਆਪਣੇ ਵਿੱਚ ਲੈਣਾ ਹੋਵੇ ਤਾਂ ਫਿਰ ਆ ਮੈਂ ਪਾਇਆ ਜਿਹੜਾ, ਇਹ ਅਰਥ ਬਣਦੇ ਨੇ ਹਜ਼ੂਰੀਆ। ਕਹਿੰਦੇ ਮੋਢੇ 'ਤੇ ਹਜ਼ੂਰੀਆ, ਮੋਢੇ 'ਤੇ ਮੁਸੱਲਾ, ਗੱਲ ਤਾਂ ਇੱਕੋ ਹੀ ਹੈ ਨਾ। ਵੇਖੋ ਹੁਣ ਇਕੱਲੇ ਮੁਸਲਮਾਨ ਨੂੰ ਨਹੀਂ, ਵੀ ਮੁਸਲਮਾਨ ਇੱਥੇ ਹੈ ਨਹੀਂ ਨਾ, ਹੁਣ ਉਹਨੂੰ ਅੱਧਾ ਘੰਟਾ ਮੈਂ ਨੰਬਰ ਲਾਈ ਜਾਂ ਅਤੇ ਸਵਾਦ ਤਾਂ ਬੜਾ ਆਵੇਗਾ, ਕਿਉਂਕਿ ਇੱਥੇ ਹੈ ਨਹੀਂ। ਹੁਣ ਆਪਾਂ ਬੈਠੇ ਹਾਂ ਇੱਥੇ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਸਿੱਖ ਬੈਠੇ ਹਾਂ। ਕੱਪੜਾ ਕੋਈ ਵੀ ਹੋਵੇ, ਕਿਸੇ ਧਰਮ ਦਾ ਵੀ ਵਿਆਪਕ ਹੈ, ਸਾਖੀ ਪ੍ਰਥਾਏ ਮਹਾਂਪੁਰਖ ਬੋਲਦੇ ਸਾਂਝੀ ਸਕਲ ਜਹਾਨ। ਗੁਰਮੁਖ ਹੋਏ ਸੋ ਭਉ ਕਰੈ, ਗੁਰੂ ਦੀ ਗੱਲ ਨੂੰ ਦਾ ਭਉ ਡਰ ਰੱਖਣਾ ਚਾਹੀਦਾ।
ਕੰਨ ਮਸੱਲਾ ਸੂਫ ਗਲ, ਸੂਫ ਮੈਨੇ ਗਲ ਵਿੱਚ ਪਾਇਆ ਹੋਇਆ ਚੋਲਾ ਜਾਂ ਮੁਸਲਮਾਨ ਮਤ ਦੇ ਮੁਤਾਬਕ ਚੋਗਾ ਜਿਹੜਾ ਉਹਨੂੰ ਸੂਫ ਕਹਿੰਦੇ। ਦਿਲ ਕਾਤੀ, ਦਿਲ ਦੇ ਵਿੱਚ ਹੋਰ ਗੱਲ ਹੈ, ਕਾਤੀ ਮੈਨੇ ਕੈਂਚੀ ਵੀ ਹੁੰਦਾ ਹੈ। ਦਿਲ ਦੇ ਵਿੱਚ ਦੂਜਿਆਂ ਨੂੰ ਦੁੱਖ ਦੇਣਾ ਇਹ ਬਿਰਤੀ ਹੈ। ਗੁੜ ਵਾਤ ਅਤੇ ਗੁੜ ਮੈਨੇ ਮਿੱਠਾ ਅਤੇ ਵਾਤ ਮੈਨੇ ਮੂੰਹ, ਮੂੰਹ ਦੇ ਵਿੱਚੋਂ ਬਹੁਤ ਮਿੱਠਾ ਬੋਲਦਾ ਹੈ। ਦਿਲ ਕਾਤੀ ਗੁੜ ਵਾਤ, ਬਾਹਰ ਦਿਸਾ ਚਾਨਣਾ, ਬਾਹਰ ਚਾਨਣ ਦਿਸਦਾ ਹੈ, ਬਾਹਰੋਂ ਵਧੀਆ ਰੂਪ ਕੀ ਸ਼ੋਭਾ। ਬਾਹਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਦਿਸਾ ਚਾਨਣਾ, ਦਿਲ ਅੰਧਿਆਰੀ ਰਾਤ, ਅੰਦਰੋਂ ਹਨੇਰੀ ਰਾਤ ਏ। ਅਤੇ ਮੈਂ ਨਾਲ ਕਹਿੰਦਾ ਇਹ ਵੀ ਨਹੀਂ ਭੁੱਲਾਂਗਾ ਵੀ ਇਹਦੇ ਅਰਥ ਇਹ ਨਾ ਸਮਝਣਾ ਵੀ ਭੇਖ ਪਾਉਣਾ ਨਹੀਂ, ਕਿਉਂਕਿ ਬੰਦਾ ਆਪਣੇ ਆਪਣੇ ਅਰਥ ਕੱਢਦਾ। ਸੱਚਾਈ ਜਾਣੋ, ਅਸੀਂ ਪਾਇਆ ਹੈ, ਅਸੀਂ ਆਪਣੇ ਅਰਥ ਕੱਢਦੇ ਹਾਂ, ਅਤੇ ਜਿਨ੍ਹਾਂ ਨਹੀਂ ਪਾਇਆ ਅਤੇ ਉਹ ਬੜੇ ਥੋੜ੍ਹੇ ਜਿਹੇ ਖੁਸ਼ ਹੋਏ ਹੋਣੇ ਨੇ ਅੱਜ ਵੀ ਵਾਹਵਾ ਅੱਜ ਸਾਡਾ ਨੰਬਰ ਸਾਡੇ ਨੰਬਰ ਉੱਤੇ ਜਾ ਰਹੇ ਨੇ ਵੀ ਕੋਈ ਨਹੀਂ ਪਾਇਆ। ਵੇਖਾਂ ਜਿੰਨਾ ਪਾਇਆ ਉਹਨਾਂ ਕੀ ਕਰ ਲਿਆ ਜੀ? ਨਹੀਂ, ਤੁਸੀਂ ਅਜੇ ਪਹਿਲੀ ਕਲਾਸ ਵਿੱਚ ਵੀ ਨਹੀਂ ਆਏ, ਅਜੇ ਤੁਸੀਂ ਬਾਬੇ ਨਾਨਕ ਦੇ ਸਕੂਲ ਵਿੱਚ ਵੀ ਨਹੀਂ ਲੰਘੇ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਦਿੱਤੇ ਹੋਏ ਕਕਾਰ ਨਹੀਂ ਪਾਏ, ਅਜੇ ਤੁਹਾਡੀ ਸ਼ੁਰੂਆਤ ਵੀ ਨਹੀਂ ਹੋਈ। ਪਰ ਉੱਥੇ ਮਹਾਰਾਜ ਇਹ ਸਮਝਾ ਰਹੇ ਨੇ ਵੀ ਤੂੰ ਸਕੂਲ ਵਿੱਚ ਤਾਂ ਆ ਗਿਆ ਅਤੇ ਬਸਤਾ ਵੀ ਚੁੱਕੀ ਫਿਰਨਾ ਅਤੇ ਫੱਟੀ ਵੀ ਚੁੱਕੀ ਫਿਰਨਾ ਅਤੇ ਜਮੈਟਰੀ ਵੀ ਹੈ ਤੇਰੇ ਕੋਲ ਅਤੇ ਵਰਦੀ ਵੀ ਉਹ ਖਾਕੀ ਜਿਹੀ ਪਾਈ ਫਿਰਨਾ ਜਿਹੜੀ ਆਪਣੇ ਪੰਜਾਬ ਦੇ ਸਕੂਲਾਂ ਵਿੱਚ ਹੁੰਦੀ ਹੈ, ਅਤੇ ਕੋਈ ਅੱਖਰ ਵੀ ਸਿੱਖਿਆ ਕਿ ਨਹੀਂ, ਕਿ ਸਾਰਾ ਦਿਨ ਕਲਾਸ ਦੇ ਵਿੱਚ ਕਲਾਸ ਦੇ ਕਮਰੇ ਦੀਆਂ ਕਲਾਸ ਰੂਮ ਦੀਆਂ ਕੜੀਆਂ ਅਤੇ ਸ਼ਤੀਰ ਅਤੇ ਉਹਨਾਂ ਦੇ ਰੋਸ਼ਨਦਾਨ ਅਤੇ ਕਬੂਤਰ ਗਿਣ ਕੇ ਸ਼ਾਮ ਨੂੰ ਰੋਟੀ ਖਾ ਕੇ ਘਰ ਵਾਪਸ ਮੁੜ ਜਾਣਾ? ਕੋਈ ਪੜ੍ਹਾਈ ਵੀ ਕੀਤੀ ਕਿ ਨਹੀਂ, ਕਿ ਆਏ ਗੁਰਦੁਆਰੇ ਅਤੇ ਚੰਗੀ ਤਰ੍ਹਾਂ ਰੱਜ ਪੁੱਜ ਕੇ ਅਤੇ ਮੌਜ ਕਰਕੇ ਅਤੇ ਅਖਬਾਰ ਪੜ੍ਹ ਕੇ ਘਰ ਨੂੰ ਚਲੇ ਗਏ? ਇਹ ਗੱਲ ਕਹਿ ਰਹੇ ਨੇ ਮਹਾਰਾਜ, ਭੇਖ ਦਾ ਖੰਡਨ ਨਹੀਂ ਕਰ ਰਹੇ। ਹੋਰ ਬਚਨ ਕੀਤਾ ਬਾਬਾ ਫਰੀਦ ਸਾਹਿਬ ਨੇ, ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਮੁਸਲਮਾਨਾਂ ਦਾ ਇੱਕ ਫਿਰਕਾ ਉਹ ਕਾਲੇ ਕੱਪੜੇ ਪਾਉਂਦੇ ਨੇ, ਉਹ ਕਹਿੰਦੇ ਮੈਂ ਕਾਲੇ ਕੱਪੜੇ ਪਾਏ ਨੇ ਅਤੇ ਕਾਲਾ ਹੀ ਵੇਸ ਪਾਇਆ ਅਤੇ ਗੁਣ ਹੀ ਭਰਿਆ ਮੈਂ ਫਿਰਾਂ, ਮੇਰੇ ਅੰਦਰ ਗੁਨਾਹ ਨੇ, ਲੋਕ ਕਹੇ ਦਰਵੇਸ਼ ਅਤੇ ਲੋਕ ਮੈਨੂੰ ਦਰਵੇਸ਼ ਕਹਿੰਦੇ ਨੇ, ਮੈਂ ਇੱਥੋਂ ਅੱਗੇ ਚਲਾ ਗਿਆ ਸੀ। ਭੇਖ ਕੇਵਲ ਦੂਜਿਆਂ ਨੂੰ ਧੋਖਾ ਨਹੀਂ ਦਿੰਦਾ, ਭੇਖ ਕਈ ਵਾਰੀ ਬੰਦੇ ਨੂੰ ਆਪਣੇ ਆਪ ਨੂੰ ਵੀ ਧੋਖਾ ਦੇ ਦਿੰਦਾ। ਉਹਨੂੰ ਇਹ ਰਹਿੰਦੇ ਹੀ ਨਹੀਂ ਕਿ ਜਿਹਦੇ ਮੈਂ ਕੱਪੜੇ ਪਾਏ ਨੇ, ਗੱਲੀ ਹਾਂ ਸੁਹਾਗਣ ਭੈਣੇ, ਕੰਤਨਾ ਕਬ ਹੂੰ ਮੈਂ ਮਿਲਿਆ, ਗੱਲਾਂ ਨਾਲ ਸੁਹਾਗਣ ਏ, ਚੂੜਾ ਵੀ ਬੜਾ ਵਧੀਆ ਖਰੀਦ ਲਿਆ, ਬਾਕੀ ਸਾਰਾ ਕੁਝ ਹੈ, ਪਤੀ ਨਾਲ ਸਨੇਹ ਕੋਈ ਨਹੀਂ ਹੈ, ਇਸ ਤਰ੍ਹਾਂ ਗੁਰੂ ਨਾਲ ਪਿਆਰ ਕੋਈ ਨਹੀਂ, ਬਾਕੀ ਸਾਰਾ ਕੁਝ। ਅਤੇ ਉਹਨੂੰ ਕਹਿ ਰਹੇ ਨੇ ਅਮਲ ਕਰ ਧਰਤੀ, ਬੀਜ ਸ਼ਬਦੋ ਕਰ, ਅਮਲ ਮੈਨੇ ਕਰਮ, ਸੱਚ ਕੀ ਆਪ ਨਿਤ ਦੇਹੇ ਪਾਣੀ। ਗੁਰੂ ਕੇ ਸ਼ਬਦ ਦਾ ਬੀਜ ਬਣਾ, ਕਰਮਾਂ ਦੀ ਧਰਤੀ ਬਣਾ, ਚੰਗੇ ਕਰਮ ਚੰਗਾ ਆਚਰਨ ਜਿਹੜਾ, ਸ਼ੁਭ ਅਮਲ ਜਿਹੜਾ, ਕਰਮ ਚੰਗੇ ਕਰਨੇ ਉਹਦੀ ਜ਼ਮੀਨ ਬਣਾ ਲੈ, ਅਤੇ ਬੀਜ ਸ਼ਬਦੋ ਕਰ, ਗੁਰੂ ਕੇ ਸ਼ਬਦ ਨੂੰ ਜਪ ਅਤੇ ਉਹ ਦਾਣੇ ਵਿੱਚ ਖਿਲਰ ਜਾਣਗੇ ਉਸ ਜ਼ਮੀਨ ਦੇ ਅੰਦਰ, ਉਸ ਅੰਤਿਸ਼ਕਰਨ ਦੇ ਵਿੱਚ ਫਿਰ ਨਾਮ ਦੇ ਦਾਣੇ ਡਿੱਗਣਗੇ। ਬੀਜ ਸ਼ਬਦੋ ਕਰ, ਅਤੇ ਫਿਰ ਮਹਾਰਾਜ ਕਹਿੰਦੇ ਸੱਚ ਕੀ ਆਬ, ਆਬ ਮੈਨੇ ਪਾਣੀ, ਸੱਚ ਕੀ ਆਬ, ਸੱਚ ਦਾ ਅਰਥ ਕੀ ਹੈ? ਕਿਉਂਕਿ ਸ਼ਬਦ ਨਾਮ ਤਾਂ ਪਹਿਲਾਂ ਕਹਿ ਦਿੱਤਾ ਮਹਾਰਾਜ ਨੇ, ਬੀਜ ਸ਼ਬਦੋ ਕਰ, ਇੱਥੇ ਸੱਚ ਦਾ ਅਰਥ ਨਾਮ ਜਪਣਾ ਨਹੀਂ ਹੈ, ਉਹ ਪਹਿਲਾਂ ਆ ਗਿਆ। ਇੱਥੇ ਸੱਚ ਦਾ ਅਰਥ ਕੀ ਹੈ? ਇੱਥੇ ਸੱਚ ਦਾ ਅਰਥ ਆਬ ਪਾਣੀ, ਉਸ ਫਸਲ ਨੂੰ ਜਿਹਦੇ ਵਿੱਚ ਚੰਗੇ ਕਰਮਾਂ ਦੀ ਜ਼ਮੀਨ ਹੈ ਅਤੇ ਗੁਰੂ ਕੇ ਸ਼ਬਦ ਦਾ ਉਹਦੇ ਵਿੱਚ ਜਾਪ ਦਾ ਬੀਜ ਬੀਜਿਆ, ਉਹਨੂੰ ਪਾਣੀ ਦੇ ਸੱਚ ਦਾ, ਸੱਚ ਦਾ ਪਾਣੀ ਕੀ ਹੈ? ਸਾਹਮਣੇ ਵੇਖ ਲੈ, ਜਿਹੜੀਆਂ ਚੀਜ਼ਾਂ ਪੁਰਾਣੀਆਂ ਹੋ ਜਾਂਦੀਆਂ ਨੇ, ਜਿਹੜੀਆਂ ਚੀਜ਼ਾਂ ਤੇਰੇ ਨਾਲ ਨਹੀਂ ਜਾਣੀਆਂ ਉਹਨਾਂ ਨਾਲ ਮੋਹ ਨਾ ਕਰੀ, ਜਿਹੜੀ ਚੀਜ਼ ਤੇਰੇ ਨਾਲ ਜਾਣੀ ਹੈ ਉਹਦੇ ਨਾਲ ਮੋਹ ਕਰਿਆ ਕਰ, ਸਮਝ ਲੈ ਤੇਰੇ ਕੋਲ ਇਸ ਫਸਲ ਨੂੰ ਪਾਉਣ ਵਾਲਾ ਪਾਣੀ ਆ ਗਿਆ। ਹੁਣ ਸਾਨੂੰ ਪਤਾ ਕਿਹੜੀ ਚੀਜ਼ ਸਾਡੇ ਨਾਲ ਜਾਣੀ, ਬਾਕੀ ਦੀਆਂ ਨੂੰ ਤਾਂ ਪਿੱਛੇ ਛੱਡ ਦੇਈ। ਸਭ ਤੋਂ ਪਹਿਲਾਂ ਸਾਡਾ ਸਰੀਰ ਹੈ,
ਸਭ ਤੋਂ ਪਹਿਲਾਂ ਸਾਡਾ ਸਰੀਰ ਹੈ। ਅਸੀਂ ਕਹਿੰਦੇ ਹਾਂ ਮਰਨ ਲੱਗਿਆਂ ਨਾਲ ਨਹੀਂ ਜਾਣਾ। ਮੈਂ ਪਿੱਛੇ ਵਿਚਾਰ ਕਰਦੇ ਹਾਂ, ਕਈ ਵਾਰੀ ਨਵੇਂ ਤਜਰਬੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੀ ਇਹ ਫਰਕ ਹੈ। ਪਿੱਛੇ ਜੀ ਵਿਚਾਰ ਆ ਗਿਆ ਕਥਾ ਦੇ ਵਿੱਚ ਹੀ ਵੀ ਆਪਾਂ ਕਹਿੰਦੇ ਹਾਂ ਮਰਨ ਲੱਗਿਆਂ ਸਰੀਰ ਨਹੀਂ ਜਾਣਾ, ਮੈਂ ਕਹਿੰਦੇ ਜਿਉਂਦੇ ਹੀ ਸਾਥ ਛੱਡ ਗਿਆ। ਜਿਹੜਾ ਅੱਜ ਤੋਂ 40 ਸਾਲ ਪਹਿਲਾਂ ਸਰੀਰ ਸੀ ਉਹ ਕਿੱਥੇ ਗਿਆ? ਨਾਲ ਹੈ ਨਹੀਂ, ਚਲਾ ਗਿਆ ਉਹ ਕਦੇ ਦਾ, ਜਿਹੜਾ ਬਚਪਨ ਵਾਲਾ ਸੀ, ਫੋਟੋ ਰਹਿ ਗਈ ਉਹਦੀ ਬਸ। ਜਿਹੜਾ ਉਦੋਂ 10 ਸਾਲ ਅੱਗੇ ਸੀ ਜਵਾਨੀ ਵਾਲਾ, ਉਹ ਵੀ ਗਿਆ, ਉਹ ਸਰੀਰ ਕਿੱਧਰ ਚਲੇ ਗਏ? ਉਹ ਹੁਣੇ ਉਹਨਾਂ ਦੀ ਤਾਂ ਮੌਤ ਹੋ ਚੁੱਕੀ ਹੈ, ਬਚਪਨ ਦੀ ਵੀ ਮੌਤ ਹੋ ਚੁੱਕੀ ਹੈ, ਜਵਾਨੀ ਦੀ ਵੀ ਮੌਤ ਹੋ ਚੁੱਕੀ ਹੈ, ਦੋ ਸਰੀਰ ਮਰ ਚੁੱਕੇ ਨੇ। ਦੋ ਮੌਤ ਤਾਂ ਹੋ ਵੀ ਗਈਆਂ ਸਾਡੀਆਂ, ਹੁਣ ਤੀਜੇ ਦੀ ਤਿਆਰੀ ਹੈ। ਮਹਾਰਾਜ ਕਹਿੰਦੇ ਵੀ ਜੇ ਤੂੰ ਇਹਦੇ ਨਾਲ ਮੋਹ ਨਹੀਂ ਪਾਉਂਦਾ, ਜੋ ਚੀਜ਼ ਬਦਲਦੀ ਜਾ ਰਹੀ ਹੈ, ਜੋ ਚੀਜ਼ ਚੇਂਜ ਹੁੰਦੀ ਜਾ ਰਹੀ ਹੈ, ਅਤੇ ਤੇਰੇ ਕੋਲ ਉਸ ਫਸਲ ਨੂੰ ਪਾਉਣ ਜੋਗਾ ਪਾਣੀ ਆ ਗਿਆ, ਹੁਣ ਵੇਖੀ ਉਹਦੇ ਪੱਤਰ ਕਿਵੇਂ ਨਿਕਲਦੇ ਨਾਮ ਦੇ, ਬੜੀ ਤੇਜ਼ੀ ਨਾਲ ਫੁੱਲ ਲੱਗਣਗੇ ਉਹਨੂੰ। ਅਤੇ ਜੇ ਤੂੰ ਇਹਦੇ ਨਾਲ ਫਸਿਆ ਰਿਹਾ ਮਨ ਤੇਰਾ, ਫਿਰ ਉਹ ਨਾਮ ਦਾ ਬੀਜ ਉੱਗੇਗਾ ਜ਼ਰੂਰ। ਆਪਾਂ ਕਹਿੰਦੇ ਹਾਂ ਬਣਦਾ ਕੁਝ ਨਹੀਂ, ਗੁਰੂ ਗ੍ਰੰਥ ਸਾਹਿਬ ਸਾਰਾ ਕੁਝ ਸਮਝਾਏ ਜਾਂਦੇ ਨੇ, ਬਣਦਾ ਕਿਉਂ ਨਹੀਂ? ਬਣਦਾ ਤਾਂ ਨਹੀਂ, ਪਾਣੀ ਕੋਈ ਨਹੀਂ, ਹੁਣ ਫਸਲ 'ਤੇ ਬੀਜ ਦਿੱਤੀ, ਕੰਮ ਵੀ ਬੜੇ ਚੰਗੇ ਕਰਦਾ, ਕਰਮ ਬੜੇ ਚੰਗੇ ਕਰਦਾ, ਨਾਮ ਵੀ ਜਪਦਾ, ਮੋਹ ਫਸਿਆ ਹੋਇਆ ਚੀਜ਼ਾਂ ਦੇ ਨਾਲ। ਪਾਣੀ ਹੁਣ ਹੈ ਨਹੀਂ ਅਤੇ ਪਾਣੀ ਪੈਂਦਾ ਨਹੀਂ ਅਤੇ ਬੂਟਾ ਵਿਚਾਰਾ ਸੁੰਗੜ ਜਿਹਾ ਕੇ ਖੜਾ ਰਹਿੰਦਾ, ਅਤੇ ਆਪਾਂ ਕਹਿੰਦੇ ਹਾਂ ਇੰਨੇ ਸਾਲ ਹੋ ਗਏ ਅਤੇ ਬਣਦਾ ਕੁਝ ਨਹੀਂ। ਸਾਧ ਸੰਗਤ ਜੀ, ਨਾਮ ਦਾ ਅਰਥ A to Z ਸਿਸਟਮ ਹੈ। ਨਾਮ ਦਾ ਅਰਥ ਨਾ ਇਕੱਲਾ ਜਪਣਾ, ਨਾ ਇਕੱਲੇ ਕਰਮ ਨੇ, ਨਾਮ ਇੱਕ ਮਿਕਸਿੰਗ ਹੈ, ਉਹਦੇ ਵਿੱਚ ਚੀਜ਼ਾਂ ਰਲਾਈਆਂ ਜਾਂਦੀਆਂ ਤਾਂ ਚੱਲਦੀਆਂ ਨੇ, ਸਾਰੀਆਂ ਚੀਜ਼ਾਂ ਰਲਣ। ਆ ਇੱਕ ਗੱਡੀ ਤੁਰਦੀ ਹੈ, ਇਕੱਲੇ ਇੰਜਨ ਨਾਲ ਥੋੜ੍ਹੀ ਤੁਰ ਪੈਂਦੀ, ਟਾਇਰ ਪੈਂਚਰ ਹੋ ਗਿਆ, ਇੰਜਨ ਭਾਵੇਂ ਠੀਕ ਵੀ, ਜੇ ਟਾਇਰ ਵੀ ਠੀਕ ਹੈ ਤਾਂ ਇੰਜਨ ਵੀ ਠੀਕ ਹੈ, ਉਹਦੇ 'ਚ ਡੀਜ਼ਲ ਹੋਣਾ ਤਾਂ ਉਹਨੇ ਤੁਰਨਾ, ਇੱਕ ਹੋਰ ਚੀਜ਼ ਦੀ ਜ਼ਰੂਰਤ ਹੈ। ਡੀਜ਼ਲ ਵੀ ਹੈ ਅਤੇ ਥੱਲੇ ਵਾਲਾ ਮੋਬਾਇਲ ਕੋਈ ਨਹੀਂ, ਤਾਂ ਵੀ ਉਹਨੇ ਜਵਾਬ ਦੇ ਦੇਣਾ ਥੋੜ੍ਹੀ ਦੂਰ ਜਾ ਕੇ, ਥੋੜ੍ਹੇ ਚਿਰ ਬਾਅਦ ਉਹਨੇ ਤਾਂ ਵੀ ਜਵਾਬ। ਕਿੰਨੀਆਂ ਚੀਜ਼ਾਂ ਰਲਦੀਆਂ ਅਤੇ ਤਾਂ ਗੱਡੀ ਸਫ਼ਰ ਕਰਦੀ ਹੈ। ਨਾਮ ਦਾ ਅਰਥ ਇੱਕ ਚੀਜ਼ ਨਹੀਂ ਕਿ ਮੈਂ ਇਕੱਲਾ ਜਪ ਰਿਹਾ, ਬਾਕੀ ਤਾਂ ਸਾਰਾ ਦਿਨ ਨਿੰਦਿਆ, ਸਾਰਾ ਦਿਨ ਈਰਖਾ, ਉਹ ਚੀਜ਼ਾਂ ਦੇ ਨਾਲ ਹੈ ਨਹੀਂ ਜਿਨ੍ਹਾਂ ਦੇ ਨਾਲ ਨਾਮ ਵਿਕਾਸ ਕਰਦਾ, ਅੱਗੇ ਵੱਧਦਾ। ਅਤੇ ਜੇ ਮੈਂ ਨਹੀਂ ਈਰਖਾ ਕਰਦਾ, ਨਹੀਂ ਨਿੰਦਿਆ ਕਰਦਾ, ਤਾਂ ਮੈਂ ਕਰਮ ਵੀ ਚੰਗੇ ਕਰਨਾ ਅਤੇ ਨਾਮ ਕੋਈ ਨਹੀਂ ਜਪਦਾ, ਕਿਉਂਕਿ ਮੇਰੇ ਵਰਗਾ ਕੋਈ ਕਥਾਵਾਚਕ ਮਿਲ ਗਿਆ, ਉਹਨੇ ਕਿਹਾ ਅਤੇ ਤੋਤਿਆਂ ਦਾ ਰੱਟਣਾ ਨਾਮ ਜਪਣਾ, ਅਤੇ ਨਾਮ ਹੁਣ ਜਪਦਾ ਕੋਈ ਨਹੀਂ, ਉਹਨੇ ਦੂਜਾ ਛੱਡ ਦਿੱਤਾ। ਇਹਨੂੰ ਕਹਿੰਦੇ ਨੇ ਇੱਕ ਕੋਲ ਸੱਜੀ ਲੱਤ ਨਹੀਂ ਸੀ, ਇੱਕ ਕੋਲ ਖੱਬੀ ਨਹੀਂ ਸੀ, ਦੋਵੇਂ ਹੀ ਲੰਗੜੇ, ਕਿਸੇ ਕੋਲ ਨਾਮ ਦਾ ਜਾਪ ਕੋਈ ਨਹੀਂ, ਕਿਸੇ ਕੋਲ ਕਰਮ ਚੰਗੇ ਕੋਈ ਨਹੀਂ, ਬਸ ਇੱਕ ਦੂਜੇ ਦੇ ਉਂਗਲ ਫੜ ਕੇ ਤੁਰੇ ਫਿਰਨੇ ਆ। ਸਾਰੀਆਂ ਚੀਜ਼ਾਂ ਇਕੱਠੀਆਂ ਹੋਣਗੀਆਂ ਤਾਂ ਕੰਮ ਸ਼ੁਰੂ ਹੋਣਾ। ਮਹਾਰਾਜ ਕਹਿੰਦੇ ਸਮੱਗਰ ਨਾਮ, ਸਮੱਗਰ ਇਹਦੇ ਉੱਤੇ ਇੱਕ ਵਿਚਾਰ ਗੋਸ਼ਟੀ ਵੀ ਹੋਈ ਸੀ, ਸਮੱਗਰ ਨਾਮ ਯਾਨੀ ਕਿ ਨਾਮ ਦੇ ਵਿੱਚ ਜਦੋਂ ਸਾਰੀਆਂ ਚੀਜ਼ਾਂ ਸਪੋਰਟ ਕਰਦੀਆਂ ਨਾ, ਹਰ ਇੱਕ ਚੀਜ਼, ਤਾਂ ਉੱਥੇ ਮਹਾਰਾਜ ਕਹਿੰਦੇ ਅਮਲ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਬ। ਫਿਰ ਇੱਕ ਹੋਰ ਬਚਨ ਕਿਹਾ ਨਿੱਤ ਦੇ ਪਾਣੀ। ਇਹ ਨਾਮ ਦਾ ਬੂਟਾ ਇਸ ਤਰ੍ਹਾਂ, ਇਹਨੂੰ ਰੋਜ਼ ਪਾਣੀ ਪੈਂਦਾ, ਰੋਜ਼, ਇੱਕ ਦਿਨ ਨਹੀਂ, ਇਹ ਸੰਗਰਾਂਦ ਵਾਲੇ ਦਿਨ ਨਾਲ ਨਹੀਂ ਸਰਦਾ, ਜਾਂ ਪੂਰਨਮਾਸ਼ੀ ਅਤੇ ਮੱਸਿਆ ਵਾਲੇ ਜਾਂ ਐਤਵਾਰ। ਇਹ ਨਿੱਤ ਨੇਮ ਕਿਉਂ ਦਿੱਤਾ ਮਹਾਰਾਜ ਨੇ? ਇਹਨੂੰ ਨਿੱਤ ਪਾਣੀ ਪੈਂਦਾ ਹਰ ਰੋਜ਼। ਨਿੱਤ ਪ੍ਰਤ ਨਾਵਣ ਰਾਮ ਸਰ ਕੀਜੈ ਝੋਲ ਮਹਾਰਸ ਹਰ ਅੰਮ੍ਰਿਤ ਪੀਜੈ। ਇਹ ਨਿੱਤ ਦਾ ਕੰਮ ਹੈ, ਨਿੱਤ ਕਰਾਂਗੇ, ਜਿਵੇਂ ਰੋਟੀ ਨਿੱਤ ਖਾਣੀ ਹੈ, ਇਸ਼ਨਾਨ ਨਿੱਤ ਕਰਨਾ ਹੈ, ਪਾਣੀ ਨਿੱਤ ਪੀਣਾ ਹੈ, ਸੌਣਾ ਨਿੱਤ ਹੈ। ਅਤੇ ਮਹਾਰਾਜ ਕਹਿੰਦੇ ਇਹ ਵੀ ਨਿੱਤ ਹੀ ਕਰਨਾ, ਇਹ ਨਹੀਂ ਵੀ ਇੱਕ ਦਿਨ ਕਰ ਲਿਆ ਅਤੇ 10 ਦਿਨ ਕੀਤਾ ਨਾ ਫਿਰ ਇਹਨੇ ਰੰਗ ਨਹੀਂ ਲਿਆਉਣਾ। ਸੱਚ ਕੀ ਆਬ ਨਿੱਤ ਦੇ ਪਾਣੀ। ਫਿਰ ਕਹਿੰਦੇ ਹੋਏ ਕਿਸਾਨ ਇਮਾਨ ਜਮਾਏ ਲੈ। ਇਸ ਤਰ੍ਹਾਂ ਦਾ ਕਿਸਾਨ ਬਣ ਜਾ ਅਤੇ ਆਪਣੀ ਜ਼ਿੰਦਗੀ ਵਿੱਚ ਇਮਾਨਦਾਰੀ ਨੂੰ ਉੱਗਣ ਦੇ, ਆਪਣੀ ਜ਼ਿੰਦਗੀ ਵਿੱਚ ਧਰਮ ਨੂੰ ਉੱਗਣ ਦੇ। ਕਹਿਣ ਲੱਗੇ ਹੋਏ ਕਿਸਾਨ ਇਮਾਨ ਜਮਾਏ ਲੈ ਭਿਸਤ ਦੋਜਕ ਮੂੜੇ ਏ ਵਜਾਣੀ। ਇਹ ਕਿਸੇ ਮੁੱਲਾਂ ਨਾਲ ਗੱਲ ਕਰ ਰਹੇ ਨੇ, ਕਿਸੇ ਕਾਜੀ ਨਾਲ, ਕਿਉਂਕਿ ਉਹ ਕਹਿੰਦੇ ਨੇ ਭਿਸਤ ਯਾਨੀ ਕਿ ਸਵਰਗ, ਦੋਜਕ ਮੈਨੇ ਨਰਕ,
ਕਹਿੰਦੇ ਉਦਣ ਤੈਨੂੰ ਪਤਾ ਲੱਗੇਗਾ ਸਵਰਗ ਅਤੇ ਨਰਕ ਤੇਰੀ ਅੱਖ ਦੇ ਸਾਹਮਣੇ ਆ ਗਏ, ਸਵਰਗ ਕੀ ਹੈ ਅਤੇ ਨਰਕ ਕੀ ਹੈ ਉਦਣ ਪਤਾ ਲੱਗ ਜਾ। ਕਹਿੰਦੇ ਭਿਸਤ ਦੋਜਕ ਮੂੜੇ ਏਵ ਜਾਣੀ ਮਤ ਜਾਣ ਸਹਿ ਗੱਲੀ ਪਾਇਆ, ਇਹ ਮਤ ਸਮਝ ਕਿ ਰੱਬ ਦੀ ਘੰਟਾ ਕਥਾ ਕਰਕੇ ਤੈਨੂੰ ਗਿਆਨ ਹੋ ਗਿਆ, ਨਹੀਂ ਇਹ ਨਾ ਸਮਝਿਆ ਕਰ। ਹਾਂ ਇਹਦੇ ਨਾਲ ਜੇ ਤੂੰ ਅੱਗੇ ਤੁਰ ਪੈ ਤੇ ਕਥਾ ਚੰਗੀ ਹੈ। ਮਤ ਜਾਣ ਸਹਿ ਗੱਲੀ ਪਾਇਆ ਸਹਿ ਮੈਨੇ ਪਤੀ ਪਰਮਾਤਮਾ, ਇਹ ਮਤ ਸਮਝ ਵੀ ਪਰਮਾਤਮਾ ਨੂੰ ਸਿਰਫ ਬੋਲਿਆ ਅਤੇ ਮੰਨਿਆ ਹੀ ਮਿਲ ਪੈਂਦਾ, ਜਿੰਨਾ ਚਿਰ ਖੋਜਦਾ ਨਹੀਂ ਤੂੰ ਉਨਾ ਚਿਰ ਨਹੀਂ ਮਿਲਦੇ। ਮਤ ਜਾਣ ਸਹਿ ਗੱਲੀ ਪਾਇਆ ਮਾਣ ਕੈ ਮਤ ਹੈ, ਹੁਣ ਤੂੰ ਧਰਮੀ ਹੋਣ ਦਾ ਵੀ ਮਾਣ ਕਰਨਾ, ਰੂਪ ਕੀ ਸੋਭਾ ਅਤੇ ਸਰੀਰ ਦੇ ਉੱਤੇ ਧਾਰਨ ਕੀਤੇ ਹੋਏ ਰੂਪ ਦਾ ਵੀ ਤੂੰ ਮਾਣ ਕਰਨਾ। ਇੱਥੇ ਰੁਕ ਕੇ ਥੋੜ੍ਹਾ ਜਿਹਾ ਇੱਕ ਹੋਰ ਪੰਕਤੀ ਆਪ ਜੀ ਨਾਲ ਸਾਂਝੀ ਕਰਦਿਆਂ, ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਵੀ ਆਪਾਂ ਦੁਨੀਆਂ 'ਤੇ ਆਉਣ ਆਏ ਕੀ ਲੈਣ, ਭਾਈ ਮਰਦਾਨਾ ਜੀ ਨੇ, ਮਹਾਰਾਜ ਇੱਥੇ ਕਿਉਂ ਜਨਮੇ ਆ, ਕੀ ਕਰਨ ਆਏ ਹਾਂ? ਅਤੇ ਮਹਾਰਾਜ ਕਹਿੰਦੇ ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਜਿਸ ਅੰਮ੍ਰਿਤ ਨੂੰ ਪੀਣ ਵਾਸਤੇ ਤੁਸੀਂ ਦੁਨੀਆਂ ਵਿੱਚ ਆਏ ਹੋ। ਇਹ ਸਪਸ਼ਟ ਤੌਰ 'ਤੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਕਿ ਬੰਦਾ ਉਹ ਹੈ ਜਿਹੜਾ ਅੰਮ੍ਰਿਤ ਪੀਣ ਦੀ ਕੋਸ਼ਿਸ਼ ਕਰ ਰਿਹਾ। ਮੱਥਾ ਟੇਕਣਿਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਤੁੱਕ ਨੂੰ ਵੇਖ ਲਈਏ, ਉਹ ਕਹਿੰਦੇ ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਤੁਸੀਂ ਦੁਨੀਆਂ ਵਿੱਚ ਕੀ ਕਰਨ ਆਏ ਹੋ ਇਹ ਦੱਸ ਦਿੱਤਾ ਹੈ। ਅੰਮ੍ਰਿਤ ਪੀਣ ਵਾਸਤੇ ਅੰਮ੍ਰਿਤ ਕਿਹੜਾ ਹੈ? ਨਾਮ ਅੰਮ੍ਰਿਤ ਹੈ, ਬਾਹਰੋਂ ਗੁਰੂ ਗ੍ਰੰਥ ਸਾਹਿਬ ਨੇ ਦੇਣਾ, ਨਾਮ ਪੰਜ ਪਿਆਰਿਆਂ ਨੇ ਦੇਣਾ, ਸਿੱਖ ਨੇ ਫਿਰ ਜਪ ਜਪ ਕੇ ਕਿੱਥੋਂ ਕੱਢਣਾ, ਆਪਣੇ ਵਿੱਚੋਂ ਕੱਢ ਲੈਣਾ ਅੰਮ੍ਰਿਤ ਵਿੱਚ ਪਿਆ ਹੋਇਆ। ਇਹ ਕੰਮ ਕਰਨ ਲਈ ਆਇਆ ਦੁਨੀਆਂ ਵਿੱਚ। ਕਹਿੰਦੇ ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਉਹ ਅੰਮ੍ਰਿਤ ਗੁਰੂ ਦੇ ਕੋਲ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੈ, ਪਰ ਬਾਣੀ ਦੇ ਵਿੱਚੋਂ ਮਿਲੇਗਾ ਤਾਂ ਜੇ ਨਾਲ ਬਾਣੀ ਵਿੱਚ ਜਾਏਗਾ ਅਤੇ ਉਹ ਸਿਸਟਮ ਵਿੱਚ ਆਉਣਾ ਪਏਗਾ, ਪੰਥ ਤੋਂ ਲੈ ਕੇ ਗ੍ਰੰਥ ਤੱਕ ਆਉਣਾ ਪੈਣਾ। ਸੋ ਅੰਮ੍ਰਿਤ ਗੁਰ ਪਾਹੀ ਜੀਓ, ਕਿਵੇਂ ਮਿਲੇਗਾ? ਕਹਿੰਦੇ ਛੋਡੋ ਵੇਸ ਭੇਖ ਚਤੁਰਾਈ, ਦੁਬਦਾ ਇਹ ਫਲ ਨਾਹੀਂ ਜੀਓ। ਕਹਿੰਦੇ ਧਰਮ ਦੇ ਵੇਸ ਦਾ ਹੰਕਾਰ ਛੱਡ ਦੇ, ਛੋਡੋ ਵੇਸ ਭੇਖ ਅਤੇ ਚਤੁਰਾਈ, ਗੁਰੂ ਨਾਲ ਚਲਾਕੀਆਂ ਕਰਨੀਆਂ ਛੱਡ ਦੇ, ਵੀ ਕੋਈ ਗੱਲ ਨਹੀਂ ਮੈਂ ਤਾਂ ਇੱਕ ਗੁਰੂ ਨੂੰ ਮੰਨਣਾ ਵਾ, ਨੌਵਾਂ ਨੂੰ ਨਹੀਂ ਮੰਨਦਾ। ਇਹ ਵੀ ਸਾਡੇ ਵਿੱਚ ਰਿਵਾਜ਼ ਚੱਲਿਆ, ਬਾਬੇ ਨਾਨਕ ਨੂੰ ਮੰਨ ਲੈਂਦੇ ਹਾਂ, ਗੁਰੂ ਗੋਬਿੰਦ ਸਿੰਘ 'ਤੇ ਤਲਵਾਰ ਚੁੱਕੀ ਖੜਾ ਹੈ, ਉਹਦੇ ਨਾਲ ਨਹੀਂ ਬਣਨੀ। ਗੁਰੂ ਗੋਬਿੰਦ ਸਿੰਘ 'ਤੇ ਪੱਗ ਵੀ ਕਹਿੰਦਾ ਬੰਨੋ, ਅਤੇ ਬਾਬੇ ਨਾਨਕ ਨੂੰ ਤਾਂ ਬਾਬੇ ਨਾਨਕ ਨੇ ਨਹੀਂ ਸੀ ਬੰਨੀ, ਕਹਿੰਦੇ ਨਹੀਂ ਇਹ ਠੀਕ ਹੈ ਪੋਲਾ ਜਿਹਾ ਬਾਬਾ, ਨੇੜੇ ਜਾ ਕੇ ਵੇਖ ਜਿੰਨਾ ਡਾਢਾ ਹੋਵੇ ਉਹਨਾਂ ਅਗਲੇ ਨੌ ਨਹੀਂ ਜੇ, ਜਿੰਨੀ ਉਹਦੀ ਡਾਂਗ ਤਿੱਖੀ ਹੈ ਨਾ ਖੁੰਘੀਆਂ ਵਾਲੀ, ਬਾਣੀ ਨਹੀਂ ਪੜ੍ਹ ਕੇ ਵੇਖੀ, ਅਸੀਂ ਪੜ੍ਹਿਆ ਹੀ ਨਹੀਂ, ਅਸੀਂ ਝੂਮਿਆ ਸਿਰਫ। ਜੇ ਪੁੱਛੀਏ ਮਹਾਰਾਜ ਕੱਪੜੇ ਕਿਵੇਂ ਦੇ ਪਾਉਣੇ ਚਾਹੀਦੇ ਨੇ, ਅਤੇ ਬਾਬੇ ਨਾਨਕ ਨੇ ਕਿਹਾ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿੱਤ ਪੈਦਾ ਤਨ ਪੀੜੀਐ ਮਨ ਮੈਂ ਚਲੈ ਵਿਕਾਰ। ਇਹ ਪੁੱਛੋ ਬਾਬੇ ਨਾਨਕ ਦੇ ਬਣ ਜਾਓ ਸਿੱਖ, ਉਹ ਕਹਿੰਦੇ ਹੋਰ ਪਹਿਨਣ, ਹੋਰ ਕੀ ਹੈ, ਹੋਰ ਹੋਰ ਕੱਪੜੇ, ਹੋਰ ਤਰ੍ਹਾਂ ਦੇ ਕੱਪੜੇ ਪਾਉਣੇ, ਕਿਵੇਂ ਦੇ? ਜਿੱਤ ਪੈਂਦਾ ਤਨ ਪੀੜੀਐ, ਜਿਹਦੇ ਨਾਲ ਤੁਹਾਡੇ ਸਰੀਰ ਦੇ ਅੰਗ ਕੱਸੇ ਜਾਂਦੇ ਨੇ, ਗੁਰੂ ਗ੍ਰੰਥ ਸਾਹਿਬ ਵਿੱਚੋਂ ਪੜ੍ਹ ਲਿਆ ਜੇ ਮੈਂ ਕੋਲੋਂ ਨਹੀਂ ਕਹਿ ਰਿਹਾ ਤੁਹਾਨੂੰ, ਅਤੇ ਸਾਰੇ ਟੀਕਿਆਂ ਵਿੱਚੋਂ ਅਰਥ ਵੀ ਪੜ੍ਹ ਲੈਣੇ। ਇਹ ਉਸ ਗੁਰੂ ਦੀ ਬਾਣੀ ਹੈ ਜਿਹਨੂੰ ਤੁਸੀਂ ਕਹਿੰਦੇ ਹੋ ਬਾਬੇ ਨਾਨਕ ਦੇ ਸਿੱਖ ਬਣ ਜਾਂਦੇ ਆ, ਗੁਰੂ ਗੋਬਿੰਦ ਸਿੰਘ ਦੇ ਨਹੀਂ ਬਣਦੇ। ਜਿੱਤ ਪੈਂਦਾ ਜਿਹੜੇ ਕੱਪੜੇ ਪਾਉਣ ਦੇ ਨਾਲ ਸਰੀਰ ਤਨ ਪੀੜੀਐ, ਪੀੜੀਐ ਮੈਨੇ ਕੱਸਿਆ ਜਾਂਦਾ, ਅਤੇ ਨਾਲ ਕੀ ਕਿਹਾ ਮਨ ਮੈਂ ਚੱਲੈ ਵਿਕਾਰ, ਅਤੇ ਜਿਹੜਾ ਉਸ ਸਰੀਰ ਨੂੰ ਵਹਿੰਦਾ ਉਹਦੇ ਵਿੱਚ ਵਿਕਾਰ ਚੱਲਣਗੇ। ਕਿੱਡਾ ਕੁ ਧਰਮੀ ਹੋਵੇਗਾ ਬੰਦਾ, ਐਵੇਂ ਅਸੀਂ ਕਹੀ ਜੀ ਅੱਖਾਂ ਪਰਾਂ ਕਰ ਲਓਗੇ, ਕਿੱਥੇ ਕਰੋਗੇ, ਅੱਖਾਂ ਨਹੀਂ ਹੁੰਦੀਆਂ।
ਅਤੇ ਜ਼ਿੰਮੇਵਾਰ ਕੌਣ ਹੈ ਫਿਰ? ਜਿਹੜਾ ਅੱਗ ਬਾਲਦਾ ਉਹ ਜ਼ਿੰਮੇਵਾਰ ਹੈ ਨਾ। ਅਤੇ ਗੁਰੂ ਦੀ ਹਜ਼ੂਰੀ ਵਿੱਚ ਅੱਜ ਸਭ ਕੁਝ ਚੱਲਦਾ ਨਹੀਂ। ਅੱਜ ਗੁਰਦੁਆਰਿਆਂ ਦੀਆਂ ਡਰੈੱਸਾਂ ਗੁਰਦੁਆਰਿਆਂ ਦੇ ਵਿੱਚ ਅਸੀਂ ਪਾ ਕੇ ਆਉਂਦੇ ਹਾਂ, ਘੱਟੋ ਘੱਟ ਕਹਿਣ ਨੂੰ ਤਾਂ ਕਹਾਂਗੇ ਜੇ ਗੁਰਦੁਆਰੇ ਨੂੰ ਸਕੂਲ ਬਣਾ ਦਿਓ, ਪਹਿਲਾਂ ਇਹ ਵੀ ਲਾਗੂ ਕਰਾ ਲਓ ਗੁਰਦੁਆਰੇ ਦੀ ਕੋਈ ਵਰਦੀ ਵੀ ਬਣਾ ਲਓ, ਕੋਈ ਚੋਲੀ ਟੰਗ ਦਿਆ ਕਰੋ ਬਾਹਰ 10-20, ਫਿਰ ਵੀ ਕੁਝ ਬਣੇ, ਚਲੋ ਉਹਨਾਂ ਚਿਰ ਹੀ ਬੰਦਾ ਪਾ ਕੇ ਆ ਜਾਏ। ਇਹ ਬਾਬੇ ਨਾਨਕ ਦੀ ਬਾਣੀ ਹੈ, ਉਹ ਕਹਿੰਦੇ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿੱਤ ਪੈਂਦਾ ਤਨ ਪੀੜੀਐ ਮਨ ਮੈਂ ਚਲੈ ਵਿਕਾਰ। ਇਹ 4-5 ਤਰ੍ਹਾਂ ਦੀਆਂ ਗੱਲਾਂ ਲਿਖੀਆਂ ਗੁਰੂ ਨਾਨਕ ਦੇਵ ਜੀ। ਕਿਹੜਾ ਗੁਰੂ ਕੰਮ ਦਿੰਦਾ? ਗੁਰੂ ਇੱਕੋ ਹੀ ਹੈ। ਅਸੀਂ ਇਹ ਨਹੀਂ ਕਹਿ ਸਕਦੇ ਵੀ ਇੱਕ ਸਰੀਰ ਦੇ ਅਸੀਂ ਪੈਰ ਨੂੰ ਮੰਨਦੇ ਹਾਂ ਅਤੇ ਅੱਖ ਨੂੰ ਨਹੀਂ ਮੰਨਦੇ, ਅੱਖ ਨੂੰ ਮੰਨਦੇ ਹਾਂ ਅਤੇ ਨੱਕ ਨੂੰ ਨਹੀਂ ਮੰਨਦੇ। ਇਹ ਇੱਕੋ ਹੀ ਸਰੀਰ ਹੈ, 10 ਪਾਤਸ਼ਾਹ ਹੈ। ਪ੍ਰਗਟ ਗੁਰਾਂ ਕੀ ਦੇ, ਗੁਰੂਆਂ ਦਾ ਜੋੜ ਹੈ। ਉਹ ਸਿਰਫ 10 ਸਰੀਰ ਹੋਏ ਸਨ, ਜੋਤ ਉਹ ਹੀ ਅੰਦਰ ਵਰਤ ਰਹੀ ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਤਾਂ ਉਸ ਸ਼ਬਦ ਵਿੱਚ ਕਹਿੰਦੇ ਨੇ ਮਤ ਜਾਣ ਸਹਿ ਗੱਲੀ ਪਾਇਆ, ਮਾਣਕੈ ਮਾਤੈ ਰੂਪ ਕੀ ਸੋਭਾ। ਅਤੇ ਹੋਰ ਉੱਥੇ ਬਚਨ ਮੈਂ ਕਹਿ ਰਿਹਾ ਸੀ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ, ਛੋਡੋ ਵੇਸ ਭੇਖ ਚਤੁਰਾਈ, ਦੁਬਧਾ ਇਹ ਫਲ ਨਾਹੀ ਜੀਓ। ਫਿਰ ਕਹਿੰਦੇ ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਇਸ ਤਰ੍ਹਾਂ ਆਪਣੇ ਮਨ ਨੂੰ ਆਵਾਜ਼ ਦਿੱਤੀ, ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਬਾਹਰ ਢੂੰਡਤ ਬਹੁਤ ਦੁੱਖ ਪਾਵੈ, ਘਰ ਅੰਮ੍ਰਿਤ ਘਟ ਮਾਹੀ ਜੀਓ। ਅੰਮ੍ਰਿਤ ਸਰੀਰ ਦੇ ਵਿੱਚ ਹੈ, ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਮਤ ਜਾਣ ਸਹਿ ਗੱਲੀ ਪਾਇਆ, ਮਾਣਕੇ ਮਾਤੈ ਰੂਪ ਕੀ ਸੋਭਾ, ਇਤ ਵਿਧੀ ਜਨਮ ਗਵਾਇਆ। 30 ਕਰ ਰੱਖੇ 5 ਕਰ ਸਾਥੀ, ਇਹ 30 ਰੋਜ਼ੇ ਰੱਖੇ, 5 ਨਮਾਜ਼ਾਂ ਪੜ੍ਹੀਆਂ, ਜਾਂ ਕੋਈ ਵੀ ਧਰਮ ਦਾ ਕਰਮ ਕਰਦਾ, ਨਾਓਂ ਸ਼ੈਤਾਨ, ਜੇ ਕੰਮ ਸ਼ੈਤਾਨਾਂ ਵਾਲੇ ਨੇ, ਨਾਓਂ ਸ਼ੈਤਾਨ ਮਤ ਕੱਟ ਜਾਈ, ਉਹਦੇ ਨਾਂ ਨਾਲੋਂ ਜੇ ਕਰਮ ਸ਼ੈਤਾਨਾਂ ਵਾਲੇ ਨੇ ਕੱਟੇ ਨਹੀਂ ਜਾਂਦੇ। ਨਾਨਕ ਆਖੇ ਰਾਹੇ ਪੈ ਚੱਲਣਾ, ਮਾਲ ਧਨ ਕਿਤਕੂ ਸੰਜਿਆ ਹੀ। ਜਦੋਂ ਤੂੰ ਪਰਮਾਤਮਾ ਦੇ ਰਾਹ 'ਤੇ ਤੁਰਿਆ ਨਾ, ਉਹਦੇ ਵਾਸਤੇ ਫਿਰ ਸੰਸਾਰ ਦੀ ਮਾਇਆ ਦਾ ਮੋਹ ਨਾਲ ਕਿਉਂ ਲਿਜਾਣਾ। ਇਹ ਮਹਾਰਾਜ ਨੇ ਉਪਦੇਸ਼ ਦਿੱਤਾ ਹੈ, ਅਤੇ 2 ਪੌੜੀਆਂ ਨੇ ਆਪਾਂ 15 ਮਿੰਟ ਵਿੱਚ ਪੂਰੇ ਕਰਾਂਗੇ ਮਹਾਰਾਜ ਦੀ ਕਿਰਪਾ ਨਾਲ। ਅੱਜ ਸਰੀਰ ਬਾਰੇ ਕਹਿ ਰਹੇ ਨੇ, ਸਰੀਰ ਕਿਵੇਂ ਬਣਿਆ, ਜੋਤ ਰੱਖੀ ਇਹ ਵਿੱਚ। ਗੁਰੂ ਅਮਰਦਾਸ ਜੀ ਕਹਿ ਰਹੇ ਨੇ ਇਹ ਸਰੀਰਾ ਮੇਰਿਆ, ਹੇ ਮੇਰੇ ਸਰੀਰਾ। ਬੜੇ ਹੀ ਸੌਖੇ ਢੰਗ ਦੇ ਨਾਲ ਜੋ ਵੇਦਾਂਤ ਨੇ ਬਹੁਤ ਕਠਿਨ ਕਰਕੇ ਕਿਹਾ, ਉਹ ਕਹਿੰਦਾ ਸਾਕਸ਼ੀ, ਸਾਕਸ਼ੀ ਹੋ ਜਾਓ। ਸਾਕਸ਼ੀ ਕਹਿੰਦਾ, ਸਾਕਸ਼ੀ ਦਾ ਮਤਲਬ ਹੈ ਆਪਣੇ ਸਰੀਰ ਨੂੰ ਵੇਖੋ, ਆਪਣੇ ਕਰਮ ਨੂੰ ਵੇਖੋ, ਤੁਸੀਂ ਕੀ ਕਰ ਰਹੇ ਹੋ। ਜਦੋਂ ਤੁਸੀਂ ਕਰਮ ਨੂੰ ਚੰਗੀ ਤਰ੍ਹਾਂ ਵੇਖ ਲਿਆ, ਤੁਸੀਂ ਕਰ ਕੀ ਰਹੇ ਹੋ, ਤਾਂ ਤੁਸੀਂ ਵੇਖੋਗੇ ਸਰੀਰ ਤੁਹਾਡਾ ਵੱਖਰਾ ਹੋ ਗਿਆ, ਤੁਸੀਂ ਵੱਖਰੇ ਹੋ ਗਏ, ਇੱਕ ਹਿੱਸਾ ਅਲੱਗ ਹੋ ਗਿਆ। ਮਹਾਰਾਜ ਨੇ ਉਹ ਗੱਲਾਂ ਨਹੀਂ ਕੀਤੀਆਂ, ਬੜੀਆਂ ਔਖੀਆਂ ਨੇ। ਉਹ ਕਹਿੰਦੇ ਆਪਣੇ ਸਰੀਰ ਨੂੰ ਵੇਖ, ਇਹ ਕੀ ਕਰਮ ਕਰ ਰਿਹਾ। ਸਰੀਰ ਨੂੰ ਕਿਵੇਂ ਵੇਖਾਂਗੇ? ਮਹਾਰਾਜ ਨੇ ਇੱਕ ਬਚਨ ਕਿਹਾ, ਹਰ ਇੱਕ ਇੰਦਰੇ ਦੇ 2 ਭਾਗ ਨੇ, ਇੱਕ ਅੰਦਰ ਅਤੇ ਇੱਕ ਬਾਹਰ। ਅੱਖਾਂ ਵੀ 2 ਨਹੀਂ, ਇਹਨਾਂ ਅੱਖਾਂ ਦੇ ਪਿੱਛੇ ਇੱਕ ਹੋਰ ਅੱਖ ਹੈ ਜੋ ਇਸ ਅੱਖ ਨੂੰ ਵੇਖ ਸਕਦੀ। ਜਿਵੇਂ ਆਪਾਂ ਕੋਈ ਚੀਜ਼ ਵਹਿੰਦੇ ਹਾਂ ਨਾ, ਅਤੇ ਜੇ ਗੁਰੂ ਦੀ ਕਿਰਪਾ ਹੋਵੇ, ਅੰਦਰੋਂ ਇੱਕ ਆਵਾਜ਼ ਆਉਂਦੀ ਹੈ ਵੀ ਨਹੀਂ ਇਹ ਨਹੀਂ ਵੇਖਣਾ, ਉਹ ਅੰਦਰਲੀ ਅੱਖ। ਇਸ ਅੱਖ ਦੀ ਬੈਕ ਸਾਈਡ 'ਤੇ ਇੱਕ ਅੱਖ ਹੈ ਜਿਹਨੂੰ ਵਿਵੇਕ ਕਿਹਾ ਬਾਣੀ ਵਿੱਚ, ਵਿਵੇਕ। ਜਦੋਂ ਉਹ ਖੁੱਲ੍ਹ ਜਾਂਦੀ ਹੈ, ਫਿਰ ਇਹ ਅੱਖਾਂ ਬਾਹਰ ਵਹਿੰਦੀਆਂ ਨੇ, ਉਹ ਅੱਖ ਇਹਨਾਂ ਅੱਖਾਂ ਨੂੰ ਵਹਿੰਦੀ ਹੈ ਵੀ ਤੁਸੀਂ ਕੀ ਵੇਖ ਰਹੀਆਂ ਹੋ। ਉਦੋਂ ਬਹੁਤ ਔਖਾ ਹੋ ਜਾਂਦਾ। ਕਬੀਰ ਜੀ ਕਹਿੰਦੇ ਵੀ ਜਿੱਦਣ ਦੀ ਉਹ ਅੱਖ ਖੁੱਲ੍ਹੀ ਹੈ ਨਾ, ਬਲਾ ਗਲ ਵਿੱਚ ਪੈ ਗਈ। ਹਮੂੰ ਜੋ ਬੂਝਾ ਬੂਝਣਾ ਪੂਰੀ ਪਰੀ ਬੁਲਾਏ। ਇਹ ਸਲੋਕਾਂ ਵਿੱਚ ਆਉਂਦਾ ਕਿ ਜਿਨਹੂੰ ਕਿਛ ਜਾਣਿਆ ਨਹੀਂ,
ਜਿਨ੍ਹਾਂ ਨੇ ਕੁਝ ਨਹੀਂ ਜਾਣਿਆ, ਜਿਨ੍ਹਾਂ ਦੀ ਅੱਖ ਨਹੀਂ ਖੁੱਲ੍ਹੀ, ਤਿੰਨ ਸੁੱਖ ਨੀਂਦ ਭਾਏ ਸੁੱਤੇ ਪਏ ਨੇ, ਹਮੂ ਜੋ ਬੂਝਾ ਬੂਝਣਾ ਪੂਰੀ ਭਰੀ ਬੁਲਾਏ, ਤਾਂ ਉਹ ਅੱਖ ਸਾਰੇ ਇੰਦਰੀਆਂ ਨੂੰ ਵੇਖਦੀ ਏ, ਕੰਨਾਂ ਨੂੰ ਵੀ ਵੇਖ ਲੈਂਦੀ ਕੀ ਸੁਣ ਰਹੇ ਨੇ, ਜ਼ਬਾਨ ਨੂੰ ਵੇਖ ਲੈਂਦੀ ਕੀ ਖਾ ਰਹੇ ਨੇ ਬੋਲ ਰਹੇ ਨੇ, ਹੱਥਾਂ ਨੂੰ ਵੇਖ ਲੈਂਦੀ ਕੀ ਕਰ ਰਹੇ ਨੇ। ਉਹ ਅੰਦਰ ਜੋਤ ਹੈ, ਉਹ ਮਹਾਰਾਜ ਕਹਿੰਦੇ ਉਸ ਜੋਤ ਦੁਆਰਾ ਆਪਣੇ ਸਰੀਰ ਨੂੰ ਵੇਖ, ਇਹ ਸਰੀਰ ਆ ਮੇਰਿਆ, ਹਰ ਤੁਮ ਮੈਂ ਜੋਤ ਰੱਖੀ, ਪਰਮੇਸ਼ਰ ਨੇ ਆਪਣੇ ਵਿੱਚੋਂ ਕੱਢ ਕੇ ਆਪਣੀ ਜੋਤ ਤੇਰੇ ਵਿੱਚ ਟਿਕਾ ਦਿੱਤੀ ਹੈ, ਤੂੰ ਉਹਨੂੰ ਭੁੱਲੀ ਨਾ, ਉਸ ਜੋਤ ਨੂੰ ਲੱਭ ਆਪਣੇ ਵਿੱਚੋਂ। ਇਹ ਇਕੱਲਾ ਮਾਸ ਮਿੱਟੀ ਅਤੇ ਹੱਡੀਆਂ ਦਾ ਕੋਈ ਢਾਂਚਾ ਨਹੀਂ, ਬਸ ਇਹਦੇ ਵਿੱਚ ਹੀ ਨਾ ਫਸ ਜਾ ਕਰ, ਸ਼ੀਸ਼ੇ ਦੇ ਅੱਗੇ ਖਲੋ ਕੇ ਵੀ ਬਹੁਤ ਸੋਹਣਾ ਲੱਗਣਾ, ਇਹਦੇ ਪਿੱਛੇ ਵੇਖ, ਰੂਪ ਦੇ ਪਿੱਛੇ ਅਰੂਪ ਖੜਾ ਹੈ, ਜਿੱਦਣ ਤੈਨੂੰ ਉਹ ਲੱਭ ਗਿਆ, ਦੇਹ ਦੇ ਪਿੱਛੇ ਵਿਦੇਹੀ ਖੜਾ ਹੈ, ਤੂੰ ਉਹਨੂੰ ਨਹੀਂ ਕਦੀ ਵੇਖਦਾ, ਤੂੰ ਦੇਹ ਵਿੱਚ ਹੀ ਫਸਿਆ ਹੋਇਆ, ਤੂੰ ਤਾਂ ਬਾਹਰਲੀਆਂ ਕੰਧਾਂ ਨੂੰ ਚੰਬੜ ਗਿਆ, ਤੂੰ ਘਰ ਦੇ ਵਿੱਚ ਕਦੀ ਗਿਆ ਹੀ ਨਹੀਂ, ਤੇਰੇ ਅੰਦਰ ਕਿੰਨਾ ਕੁਝ ਹੈ, ਕਿੰਨੇ ਮਹਿਲ ਨੇ, ਇਸ ਕਾਇਮ ਹੈ ਕਿੰਨਾ ਕੁਝ ਹੈ, ਇਸ ਸਰੀਰ ਦੇ ਵਿੱਚ ਕੀ ਹੈ, ਪਰ ਤੂੰ ਕੰਧਾਂ ਨੂੰ ਬਾਹਰੋਂ ਚੋਪੜਦਾ ਰਹਿੰਦਾ ਸਾਰਾ ਦਿਨ, ਤੂੰ ਇਹਨਾਂ ਕੰਧਾਂ ਨੂੰ ਪਾਲਿਸ਼ ਹੀ ਕਰਦਾ ਰਹਿੰਦਾ ਹੈ, ਫਿਰ ਪਾਲਿਸ਼ ਕਰਕੇ ਫਿਰ ਇਹਨਾਂ ਨੂੰ ਸ਼ੀਸ਼ੇ ਦੇ ਅੱਗੇ ਖੜ੍ਹਾ ਕਰਕੇ ਵੇਖਣਾ ਵੀ ਕੰਧ ਬਹੁਤ ਸੋਹਣੀ ਲੱਗਦੀ, ਇਹ ਪਾਣੀ ਦੀ ਕੰਧ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ, ਹਾਡ ਮਾਸ ਨਾੜੀ ਕੋ ਪਿੰਜਰ, ਪਰ ਪੰਖੀ ਬਸੈ ਵਿਚਾਰਾ। ਇਹ ਸਰੀਰਾ ਮੇਰਿਆ, ਹਰ ਤੁਮ ਮੈਂ ਜੋਤ ਰੱਖੀ, ਉਹ ਵਿੱਚ ਜੋਤ ਹੈ ਜਿਹੜੀ ਕਿਸੇ ਐਕਸਰੇ ਵਿੱਚ ਨਹੀਂ ਆਉਂਦੀ, ਕਿਸੇ ਟੈਸਟ ਵਿੱਚ ਨਹੀਂ ਆਉਂਦੀ। ਅਤੇ ਕਹਿੰਦੇ ਉਹ ਜੋਤ ਰੱਖਣ ਤੋਂ ਬਾਅਦ ਤਾਂ ਤੂੰ ਜੱਗ ਮੈਂ ਆਇਆ, ਤਾਂ ਤੂੰ ਸਰੀਰਕ ਤੌਰ 'ਤੇ ਦੁਨੀਆਂ ਵਿੱਚ ਤੁਰ ਰਿਹਾ, ਤੇਰੇ ਵਿੱਚ ਜੋਤ ਹੈ ਪਰਮਾਤਮਾ ਦੀ। ਜੇ ਉਹ ਜੋਤ ਵਿੱਚੋਂ ਕੱਢ ਲਈ ਗਈ, ਉਦਣ ਇਹ ਸਰੀਰ ਨੇ ਇੱਥੇ ਨਹੀਂ ਤੁਰਨਾ, ਇਹ ਗਿਆ ਸੁਪਨੇ ਵਾਂਗ, ਧੂੜ ਵਾਂਗ ਉੱਡ ਗਿਆ, ਖਤਮ, ਕੁਝ ਵੀ ਨਹੀਂ। ਕਿੰਨੇ ਸਰੀਰ ਸਨ ਜਿਹੜੇ ਅਸੀਂ ਵੇਖੇ ਸੀ, ਅੱਜ ਕਿਤੇ ਲੱਭਦਾ ਕੋਈ? ਆਪਾਂ ਕਿਉਂ ਬੈਠੇ ਹਾਂ? ਉਹ ਜੋਤ ਕਰਕੇ ਬੈਠੇ ਹਾਂ, ਨਹੀਂ ਤਾਂ ਕਿਸੇ ਨਹੀਂ ਰੱਖਣਾ, ਜਲਦੀ ਨਿਬੇੜ ਦੇਣਗੇ ਕੰਮ ਬਹੁਤ ਜਲਦੀ। ਪਰ ਅੱਜ ਹੁਣ ਸਾਨੂੰ ਦਿਸਦਾ ਹੀ ਹੈ ਕਿ ਬੋਡੀ ਲਾਈਫ ਹੀ ਸਭ ਕੁਝ ਹੈ, ਸਰੀਰਕ ਜੀਵਨ ਹੀ ਸਾਰਾ ਕੁਝ। ਅੱਜ ਸਾਨੂੰ ਹੋਰ ਦਿਸਦੇ ਨਹੀਂ, ਇੰਨੀ ਅੱਖ ਬੰਦ ਹੋ ਗਈ, ਜ਼ਮੀਰ ਨਜ਼ਰ ਹੀ ਨਹੀਂ ਆਉਂਦੀ, ਆਤਮਾ ਨਜ਼ਰ ਹੀ ਨਹੀਂ ਆਉਂਦੀ, ਧਰਮ ਨਜ਼ਰ ਨਹੀਂ ਆਉਂਦਾ, ਬਸ ਸਾਰਾ ਦਿਨ ਇਹਦੇ ਢਾਂਚੇ ਦੇ ਦੁਆਲੇ ਘੁੰਮਦਾ। ਮਹਾਰਾਜ ਕਹਿੰਦੇ ਇਹਦੀ ਤਾਂ ਪਾਏ ਕੋਈ ਨਹੀਂ, ਇਹਦੇ ਧੂੜ ਵਾਂਗ ਉੱਡ ਜਾਣੀ ਹੈ ਪਲਾਂ ਵਿੱਚ, ਖਤਮ, ਪਰਤ ਕੇ ਫੋਟੋ ਬਚੇਗੀ, ਉਹ ਵੀ ਕੋਈ ਕਿੰਨਾ ਕੁ ਚਿਰ ਰਹੇਗਾ। ਅੱਗੋਂ ਪੋਤਰਿਆਂ ਪੜੋਤਰਿਆਂ ਨੇ ਕਹਿਣਾ ਵੀ ਆਹ ਕੌਣ ਭੂਤ ਜਿਹਾ ਟੰਗਿਆ, ਕੱਢੋ ਬਾਹਰ, ਵਗਾਓ ਇਹਨੂੰ, ਪਤਾ ਨਹੀਂ ਕੌਣ ਹੈ। ਕਿਸੇ ਨੇ ਕਿਹਾ ਵੀ ਤੇਰੀ ਛੇਵੀਂ ਪੀੜ੍ਹੀ ਵਿੱਚ ਸੀ, ਚਲੋ ਜੇ ਕਿਸੇ ਨਾਮ ਜਪਿਆ ਹੋਇਆ ਜਾਂ ਕੋਈ ਕਬੀਰ ਸਾਹਿਬ ਵਰਗਾ ਹੋਇਆ, ਉਹਨਾਂ ਦਾ ਤਾਂ ਪਹਿਚਾਣ ਰਹਿ ਜਾਣੀ ਵੀ ਭਗਤ ਕਬੀਰ ਸੀ, ਅਤੇ ਆਪਣੀ ਥੋੜ੍ਹੀ ਰਹਿਣ ਲੱਗੀ ਹੈ। ਉਹਨਾਂ ਨੇ ਕਹਿਣਾ ਵੀ ਬਾਹਰ ਕੱਢੋ, ਐਵੇਂ ਡਰ ਆਉਂਦਾ ਵੇਖ ਕੇ, ਰਾਤ ਨੂੰ ਸੁਪਨੇ ਆਉਂਦੇ ਨੇ। ਇਹ ਹੈ ਉਹ ਸਰੀਰ ਦਾ ਢਾਂਚਾ, ਪਰ ਇਹਦੇ ਵਿੱਚ ਜੀਵਨ ਫਸਿਆ। ਤਾਂ ਤੂੰ ਜੱਗ ਮੈਂ ਆਇਆ, ਤਾਂ ਤੂੰ ਦੁਨੀਆਂ ਦੇ ਵਿੱਚ ਆਇਆ। ਮਹਾਰਾਜ ਕਹਿੰਦੇ ਹਰ ਜੋਤ ਰੱਖੀ ਦੁੱਧ ਵਿੱਚ, ਤਾਂ ਤੂੰ ਜੱਗ ਮੈਂ ਆਇਆ, ਉਸ ਜੋਤ ਕਰਕੇ ਤੂੰ ਇੱਥੇ ਆਇਆ, ਨਹੀਂ ਤਾਂ ਤੇਰੇ ਸਰੀਰ ਨੂੰ ਕਿਸੇ ਨਹੀਂ ਸੀ ਪੁੱਛਣਾ। ਉਸ ਜੋਤ ਦਾ ਧਿਆਨ ਕਰ, ਉਸ ਨਾਮ ਦਾ ਧਿਆਨ ਕਰ, ਹਰ ਆਪੇ ਮਾਤਾ। ਤੈਨੂੰ ਇੱਥੇ ਦੁਨੀਆਂ ਵਿੱਚ ਲਿਆਉਣ ਵਾਸਤੇ ਪਰਮੇਸ਼ਰ ਆਪ ਪਹਿਲਾਂ ਤੇਰੀ ਮਾਤਾ ਬਣਿਆ, ਆਪੇ ਪਿਤਾ, ਆਪ ਹੀ ਤੇਰਾ ਪਿਤਾ ਬਣਿਆ ਹੈ। ਜਿਨ ਜੀਓ ਉਪਾਏ, ਜਿਨ੍ਹੇ ਇਸ ਜੀਵਨ ਨੂੰ ਪੈਦਾ ਕੀਤਾ ਹੈ ਮਾਤਾ ਪਿਤਾ ਬਣ ਕੇ, ਉਹ ਵੀ ਪਰਮੇਸ਼ਰ ਹੈ। ਜਗਤ ਦਿਖਾਇਆ, ਇਹ ਸੰਸਾਰ ਦਿਖਾਇਆ ਵੀ ਇਹ ਸੰਸਾਰ ਕੀ ਹੈ, ਇਸ ਅੱਖ ਦੇ ਰਾਹੀਂ ਇਹਦੇ ਦਰਸ਼ਨ ਕਰਾਏ ਨੇ, ਪਰ ਇਹ ਕਿਹਨਾਂ ਨੂੰ ਪਤਾ ਲੱਗਾ? ਮਹਾਰਾਜ ਕਹਿੰਦੇ ਗੁਰ ਪ੍ਰਸਾਦੀ ਬੂਝਿਆ, ਤਾਂ ਚਲਤ ਹੋਵਾ ਚਲਤ ਨਦਰੀ ਆਇਆ। ਜਿਨ੍ਹਾਂ ਦੇ ਵਿੱਚ ਗੁਰੂ ਅੱਖ ਰੱਖ ਦਿੰਦਾ ਹੈ, ਉਹਨਾਂ ਨੂੰ ਇਹ ਚਲਿੱਤਰ ਦਿਸ ਪੈਂਦਾ। ਚਲਿੱਤਰ, ਚਲਤ ਮੈਨੇ ਚਲਿੱਤਰ, ਨਾਟਕ ਜੋ ਹੋਵੇ ਹੋਰ ਅਤੇ ਦਿਸੇ ਹੋਰ, ਉਹਨੂੰ ਚਲਿੱਤਰ ਕਹਿੰਦੇ ਨੇ। ਆ 405 ਚਰਿੱਤਰ, ਚਰਿੱਤਰ ਕੀ ਹੈ? ਕਹਿੰਦੇ ਜੀ ਚਰਿੱਤਰ ਉਪਾਖਿਆਨ, ਉਹ
ਭਾਈ ਉਹਦਾ ਨਾ ਹੀ ਪੜ੍ਹ ਲਓ ਨਾ ਹੀ ਅਰਥ ਕਰਦੀ ਵੀ ਉਹਦਾ ਮਤਲਬ ਇਹ ਉਹ ਕਹਾਣੀਆਂ ਜਿਹੜੀਆਂ ਬਣਾ ਕੇ ਦੱਸੀਆਂ ਗਈਆਂ ਨੇ ਸਮਝਾਉਣ ਵਾਸਤੇ ਨੇ ਪਾਖਿਆਨ ਬਣਾਈਆਂ ਹੋਈਆਂ ਨੇ ਸਮਝਾਉਣ ਲਈ ਕਿ ਕਾਮ ਇਸ ਤਰ੍ਹਾਂ ਦੇ ਘਟਨਾਵਾਂ ਵਰਤਾ ਦਿੰਦਾ ਹੈ। ਚਲਿੱਤਰ ਦਾ ਮਤਲਬ ਇਹ ਹੁੰਦਾ ਹੈ ਜਿਹਦੇ ਵਿੱਚ ਕਿਸੇ ਚੀਜ਼ ਨੂੰ ਫਿਲਮਾਇਆ ਜਾਏ, ਕਿਸੇ ਚੀਜ਼ ਨੂੰ ਪੇਸ਼ ਕੀਤਾ ਜਾਏ ਕਿ ਆਹ ਕੰਮ ਕਰਨ ਨਾਲ ਆਹ ਹੁੰਦਾ, ਆਹ ਕੰਮ ਕਰਨ ਨਾਲ ਆਹ ਹੁੰਦਾ, ਉਹਦੀ ਕਹਾਣੀ ਘੜੀ ਜਾਂਦੀ ਹੈ, ਉਹਦੇ ਪਾਤਰ ਘੜੇ ਜਾਂਦੇ ਨੇ, ਉਹਦੇ ਸਾਰੇ ਜਿਹੜੇ ਉਸ ਨਾਟਕ ਦੇ ਚਿਹਰੇ ਘੜੇ ਜਾਂਦੇ ਨੇ ਉਹ ਸਾਰੇ ਨਾਟਕ ਖੇਡਦੇ ਨੇ। ਹੁਣ ਅਸੀਂ ਕਹਿੰਦੇ ਹਾਂ ਵੀ ਇਹ ਕਿਵੇਂ ਹੋ ਸਕਦਾ ਜੀ, ਇਹ ਸਾਰਾ ਕੁਝ ਹੁੰਦਾ ਤਾਂ ਹੀ ਮਹਾਰਾਜ ਨੇ ਲਿਖਿਆ ਐਵੇਂ ਥੋੜ੍ਹੀ। ਅਤੇ ਮੈਂ ਤਾਂ ਕਹਿੰਦਾ ਵਰਤ ਜਾ ਕਿਸੇ ਨਾਲ ਤਾਂ ਸਗੋਂ ਵੇਖ ਲੈਣਗੇ ਵਰਤਦਾ ਵੀ ਹੈ, ਹੁੰਦਾ ਕਿਉਂ ਨਹੀਂ ਪਤਾ ਉਦੋਂ ਹੀ ਲੱਗਦਾ। ਫਿਰ ਕਹਿੰਦੇ ਪਤਾ ਨਹੀਂ ਲੱਗਾ, ਬਾਅਦ ਵਿੱਚ ਹੀ ਪਤਾ ਲੱਗਾ ਹੈ। ਚਲਿੱਤਰ ਦਾ ਮਤਲਬ ਹੀ ਹੁੰਦਾ ਚਾਲ। ਇਹ ਸ੍ਰਿਸ਼ਟੀ ਵੀ ਚਲਿੱਤਰ ਹੈ ਪਰਮੇਸ਼ਰ ਦਾ, ਇਹਦੇ ਵਿੱਚ ਜੋ ਨਜ਼ਰ ਆਉਂਦਾ ਉਹ ਨਹੀਂ ਹੋ ਰਿਹਾ, ਹੋਰ ਤਰੀਕੇ ਨਾਲ ਚੱਲ ਰਹੀ ਹੈ, ਪਰ ਇਹ ਗੁਰਪ੍ਰਸਾਦ ਨਾਲ ਪਤਾ ਲੱਗੇਗਾ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ। ਗੁਰਮੁਖ ਦੀ ਅੱਖ ਖੁੱਲ੍ਹੀ ਏ ਉਹਨੂੰ ਇਹ ਚਲਿੱਤਰ ਦਿਸ ਪਿਆ ਹੈ, ਇਹ ਸੰਸਾਰ ਦੇ ਵਿੱਚ ਕਿਵੇਂ ਪਰਮੇਸ਼ਰ ਨੇ ਖੇਡ ਰਚੀ ਹੋਈ ਹੈ ਜੋਤ ਦੀ ਅਤੇ ਸਰੀਰ ਦੀ। ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ। ਇੱਥੇ ਦੱਸ ਦਿੱਤਾ ਗੁਰੂ ਸਾਹਿਬ ਨੇ ਸ੍ਰਿਸ਼ਟੀ ਕਿੱਥੋਂ ਬਣੀ ਹੈ। ਹੁਣ ਸਾਇੰਸ ਵਾਲੇ ਲੱਭ ਰਹੇ ਨੇ, ਨਾਸਾ ਵਾਲੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਲੱਭ ਰਹੇ ਨੇ ਵੀ ਸ੍ਰਿਸ਼ਟੀ ਦਾ ਪਤਾ ਲੱਗੇ ਕਿੱਥੋਂ ਬਣੀ ਹੈ। ਗੁਰੂ ਅਮਰਦਾਸ ਜੀ ਨੂੰ ਪੁੱਛ ਲਓ, ਗੁਰੂ ਅਮਰਦਾਸ ਜੀ ਨੇ ਕਿਹੜੀ ਡਿਗਰੀ ਕੀਤੀ ਸੀ ਪਾਣੀ 'ਤੇ ਹਵਾ 'ਤੇ, ਸੇਵਾ ਕੀਤੀ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ 12 ਸਾਲ ਘੜਾ ਚੁੱਕ ਕੇ, ਉਹਦੇ ਵਿੱਚੋਂ ਦੁਨੀਆ ਦਾ ਉਹ ਗਿਆਨ ਪੈਦਾ ਹੋਇਆ ਜਿਹਨੂੰ ਅੱਜ ਨਾਸਾ ਵੀ ਮੰਨਦੀ ਹੈ। ਉਹ ਕੀ ਕਹਿ ਰਿਹਾ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ। ਸਟਾਰਟਿੰਗ ਕਿੱਥੋਂ ਹੋਈ ਹੈ ਸ੍ਰਿਸ਼ਟੀ ਦੀ, ਆਰੰਭਤਾ ਕਿੱਥੋਂ ਹੋਈ ਹੈ। ਜੋਤ ਤੋਂ ਸ੍ਰਿਸ਼ਟੀ ਸ਼ੁਰੂ ਹੋਈ ਹੈ, ਗੁਰੂ ਅਮਰਦਾਸ ਜੀ ਨੇ ਵੇਖ ਲਿਆ ਆਪਣੀ ਅੱਖ ਨੇ, ਕਿਉਂਕਿ ਸਾਰਾ ਗਿਆਨ ਉਹਦੇ ਵਿੱਚ ਆ ਜਾਂਦਾ ਨਾਮ ਦੇ ਵਿੱਚ। ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ, ਜੋਤ ਵਿੱਚੋਂ ਸਭ ਚੱਲਿਆ। ਸਾਇੰਸ ਜੇ ਜੋ ਮਰਜ਼ੀ ਉਹਦੇ ਅਰਥ ਕਰੇ, ਪਿੱਛੇ ਜੀ ਇਹਨਾਂ ਨੇ ਡਿਕਲੇਅਰ ਕੀਤਾ ਸੀ ਵੀ ਕੋਈ ਆਵਾਜ਼ ਹੈ ਉਹਦੇ ਵਿੱਚੋਂ ਸਾਰੇ ਤੱਤ ਬਣ ਰਹੇ ਨੇ, ਆਵਾਜ਼ ਆ ਰਹੀ ਹੈ ਇੱਕ, ਉਹਨੂੰ ਜੋਤ ਕਿਹਾ ਮਹਾਰਾਜ ਨੇ। ਪਰ ਜਿੰਨਾ ਇਹ ਲੱਭਣਗੇ ਉਹ ਜੋਤ, ਉਹ ਆਵਾਜ਼ ਉਨੀ ਕੋਈ ਨਹੀਂ, ਉਹਦੇ ਤੋਂ ਹੋਰ ਅੱਗੇ ਪਹੁੰਚ ਰੱਖਦੀ ਹੈ। ਦੋ ਚੀਜ਼ਾਂ ਤੋਂ ਇਹਨਾਂ ਨੇ ਪਿੱਛੇ ਜੀ ਮੰਨ ਲਿਆ ਸੀ ਵੀ ਆਵਾਜ਼ ਤੋਂ ਅਤੇ ਰੋਸ਼ਨੀ ਤੋਂ ਦੁਨੀਆ ਬਣੀ ਹੈ, ਦੋ ਚੀਜ਼ਾਂ ਇਕੱਠੀਆਂ ਹੋਈਆਂ। ਅਤੇ ਮਹਾਰਾਜ ਕਹਿ ਰਹੇ ਨੇ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਇੱਥੇ ਆ ਕੇ ਫਿਰ ਜਿਨ੍ਹਾਂ ਨੇ ਸਰੀਰ ਧਾਰਿਆ ਹੈ ਉਹਨਾਂ ਵਿੱਚੋਂ ਕੁਝ ਵਿਰਲੇ ਨੇ ਜਿਨ੍ਹਾਂ ਨੂੰ ਕੀ ਹੋਇਆ, ਉਹਨਾਂ ਦੇ ਮਨ ਵਿੱਚ ਕਹਿੰਦੇ ਮਨ ਚਾਹੋ ਭਇਆ ਪ੍ਰਭ ਆਗਮ ਸੁਣਿਆ। ਜਿਨ੍ਹਾਂ ਨੇ ਇਸ ਸਰੀਰ ਦੇ ਵਿੱਚ ਰਹਿ ਕੇ ਗੁਰੂ ਕੇ ਸ਼ਬਦ ਦੀ ਕਮਾਈ ਕੀਤੀ ਹੈ, ਗੁਰੂ ਕੇ ਉਪਦੇਸ਼ ਦੀ ਕਮਾਈ ਕੀਤੀ ਹੈ, ਉਹਨਾਂ ਦੇ ਸਰੀਰਾਂ ਦੇ ਵਿੱਚ ਪਰਮਾਤਮਾ ਦਾ ਆਗਮ ਹੋਇਆ ਹੈ। ਆਗਮ ਮੈਨੇ ਪ੍ਰਗਟ ਹੋ ਰਿਹਾ ਪਰਮਾਤਮਾ, ਉਹਦੀ ਨਿਸ਼ਾਨੀ ਕੀ ਹੈ, ਪਰਮੇਸ਼ਰ ਦੀ ਨਿਸ਼ਾਨੀ ਕੀ ਹੈ। ਆਪਾਂ ਕਈ ਵਾਰੀ ਪੁੱਛਦੇ ਹਾਂ ਕਿ ਪਰਮਾਤਮਾ ਦੀ ਨਿਸ਼ਾਨੀ ਕੀ ਹੈ, ਵੀ ਆਪਾਂ ਨੇੜੇ ਗਏ ਹਾਂ ਕਿ ਨਹੀਂ ਗਏ। ਗੁਰੂ ਅਮਰਦਾਸ ਜੀ ਨੂੰ ਪੁੱਛ ਲਓ, ਉਹ ਕਹਿੰਦੇ ਨੇ ਵੀ ਜੇ ਤੇਰੇ ਅੰਦਰ ਦਿਨ ਰਾਤ ਚਾਅ ਰਹਿੰਦਾ ਨਾ, ਦਿਨ ਰਾਤ ਬਿਨਾਂ ਕਿਸੇ ਕਾਰਨ ਤੋਂ ਬਾਹਰੋਂ ਕੁਝ ਨਹੀਂ ਮਿਲਿਆ, ਬਾਹਰੋਂ ਸਾਰਾ ਉਸ ਤਰ੍ਹਾਂ ਹੀ ਚੱਲਦਾ ਪਿਆ ਜਿਵੇਂ ਪਹਿਲਾਂ ਸੀ ਤੂੰ, ਪਰ ਵਿੱਚ ਅੱਠੇ ਪੈਰ ਇੱਕ ਚਾਅ ਬਣਿਆ ਰਹਿੰਦਾ, ਜਿਵੇਂ ਨਾਚ ਚੱਲਦਾ ਰਹਿੰਦਾ, ਨੱਚਦਾ ਮਨੁੱਖ ਅੰਦਰੋਂ, ਖੁਸ਼ੀ ਹੀ ਖੁਸ਼ੀ, ਖੇੜਾ ਹੀ ਖੇੜਾ, ਕੋਈ ਚਿੰਤਾ ਨਹੀਂ, ਕੋਈ ਕੁਝ ਨਹੀਂ। ਗੁਰੂ ਅਮਰਦਾਸ ਜੀ ਕਹਿੰਦੇ ਨੇ ਪਿਆਰਿਆ ਇਹ ਨਿਸ਼ਾਨੀ ਇਹ ਰੱਬ ਤੇਰੇ ਬਿਲਕੁਲ ਨੇੜੇ ਆ ਗਿਆ ਹੈ, ਇਹ ਖੁਸ਼ੀ ਦੀ, ਇਹ ਬਾਹਰਲੀ ਖੁਸ਼ੀ ਨਹੀਂ, ਉਹ ਤਾਂ ਬਥੇਰੇ ਨੱਚਦੇ ਫਿਰਦੇ ਨੇ, ਉਹ ਉਸ ਖੁਸ਼ੀ ਦਾ ਇੱਥੇ ਜ਼ਿਕਰ ਨਹੀਂ ਕਰ ਰਹੇ। ਅਕਾਰਨ ਖੁਸ਼ੀ, ਜਿਵੇਂ ਬੱਚਾ ਖੁਸ਼ ਹੁੰਦਾ ਨਾ, ਉਹਦਾ ਕੋਈ ਕਾਰਨ ਨਹੀਂ ਹੁੰਦਾ, ਕੁਝ ਨਹੀਂ ਉਹਨੂੰ ਮਿਲਿਆ ਪਰ ਖੁਸ਼ ਹੈ। ਇਸ ਤਰ੍ਹਾਂ ਜਿੱਦਣ ਤੇਰੇ ਅੰਦਰ ਚਾਹ ਪੈਦਾ ਹੋ ਗਿਆ, ਉਦਣ ਸਮਝ ਲਈ ਪ੍ਰਭ ਆਗਮ ਸੁਣਿਆ, ਪਰਮਾਤਮਾ ਦੇ ਆਉਣ ਦੀ ਖਬਰ ਆ ਗਈ, ਉੱਥੇ ਖੁਸ਼ੀ ਹੈ, ਖੇੜਾ ਹੈ, ਇਹੀ ਤਾਂ ਹੈ ਰੱਬ ਕੋਲ, ਨਹੀਂ ਤਾਂ ਨੇੜੇ ਕੌਣ ਆਉਂਦਾ ਰੱਬ ਦੇ।
ਦੁਨੀਆ ਦੇ ਵਿੱਚ ਜਦੋਂ ਗਮ ਹੁੰਦਾ ਫਿਰ ਕਹਿੰਦੇ ਰੱਬ ਬੜਾ ਚੰਗਾ ਹੈ, ਕਿਉਂਕਿ ਉੱਥੇ ਜਾ ਕੇ ਠੰਡ ਪੈਂਦੀ, ਜਿਵੇਂ ਸੱਪ ਸੜਦਾ ਬਲਦਾ ਹੁੰਦਾ ਨਾ ਜਦੋਂ ਚੰਦਨ ਦੇ ਕੋਲ, ਫਿਰ ਕਹਿੰਦੇ ਸਕੂਨ ਜਿਹਾ ਮਿਲਦਾ ਗੁਰਦੁਆਰੇ ਆ ਕੇ। ਅਤੇ ਮਹਾਰਾਜ ਕਹਿੰਦੇ ਜੇ ਤੂੰ ਆਪਣੇ ਸਰੀਰ ਨੂੰ ਹੀ ਗੁਰਦੁਆਰਾ ਬਣਾ ਦਿਆ ਤਾਂ ਫਿਰ ਤੈਨੂੰ ਇਕੱਲੇ ਨੂੰ ਸਕੂਨ ਨਹੀਂ ਆਉਣਾ, ਜਿਹੜਾ ਤੇਰੇ ਕੋਲੋਂ ਲੰਘ ਗਿਆ ਉਹਨੂੰ ਵੀ ਸਕੂਨ ਆਏਗਾ। ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ, ਸਖੀ ਮੈਨੇ ਇੰਦਰੀਆਂ, ਹੇ ਮੇਰੀ ਗਿਆਨ ਇੰਦਰੀਓ ਸਖੀਓ, ਉਹਦੇ ਗੀਤ ਗਾਓ ਖੁਸ਼ੀ ਦੇ ਪ੍ਰਭੂ ਦੇ। ਅੱਖਾਂ ਨੱਕ ਆਦਿਕ ਇਹ ਵੀ ਗਾ ਰਹੇ ਨੇ ਚਾਅ ਦੇ ਨਾਲ। ਹਰ ਮੰਗਲ ਗਾਓ ਸਖੀ, ਗ੍ਰਹਿ ਮੰਦਰ ਬਣਿਆ, ਗ੍ਰਹਿ ਗ੍ਰਹਿ ਮੈਨੇ ਘਰ, ਘਰ ਮੈਨੇ ਸਰੀਰ, ਸਰੀਰ ਮੰਦਰ ਬਣ ਗਿਆ, ਸਰੀਰ ਗੁਰਦੁਆਰਾ ਬਣ ਗਿਆ, ਉਹਦੇ ਵਿੱਚ ਅੱਠੇ ਪੈਰ ਪਰਮਾਤਮਾ ਦਾ ਸ਼ਬਦ ਗੂੰਜਦਾ ਰਹਿੰਦਾ। ਸਰੀਰ ਮੰਦਰ ਬਣ ਗਿਆ, ਗ੍ਰਹਿ ਮੰਦਰ ਬਣਿਆ, ਫਿਰ ਕਹਿੰਦੇ ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ। ਹੇ ਸਖੀ ਹੁਣ ਤੂੰ ਨਿਤ ਪਰਮੇਸ਼ਰ ਦੇ ਗੀਤ ਗਾ ਖੁਸ਼ੀ ਦੇ, ਕਿਉਂਕਿ ਹੁਣ ਕਦੀ ਨਾ ਸੋਗ ਵਿਆਪਦਾ ਅਤੇ ਨਾ ਦੁੱਖ ਵਿਆਪਦਾ। ਮਾੜਾ ਮੋਟਾ ਬਾਹਰੋਂ ਆਈ ਜਾਏ, ਅੰਦਰ ਨਹੀਂ ਜਾਂਦਾ, ਬਾਹਰੋਂ ਢਾਂਚਾ ਜਿਹਾ ਚੱਲੀ ਜਾਂਦਾ, ਲੋਗਣ ਸਿਓ ਮੇਰਾ ਠਾਠਾ ਬਾਗਾ, ਇਸ ਤਰ੍ਹਾਂ ਬਣਿਆ ਰਹਿੰਦਾ, ਪਰ ਅੰਦਰ ਲਗਾਤਾਰ ਕਿਸੇ ਖੇੜੇ ਵਿੱਚ। ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ, ਗੁਰੂ ਦੇ ਚਰਨਾਂ ਵਿੱਚ ਸੁਰਤੀ ਸ਼ਬਦ ਵਿੱਚ ਜੁੜੀ ਰਹਿੰਦੀ ਹੈ, ਅਤੇ ਦਿਨ ਜਿਹੜੇ ਨੇ ਭਾਗਾਂ ਵਾਲੇ ਆ ਗਏ ਨੇ, ਸੁਭਾਗੇ ਦਿਨ, ਸੋਹਣੇ ਦਿਨ, ਆਪਣੇ ਅੰਦਰੋਂ ਪ੍ਰਾਪਤੀ ਹੋਈ। ਮਹਾਰਾਜ ਦੇ ਬਚਨ ਪੜ੍ਹੀਏ, ਭਾਗ ਹੋਆ ਗੁਰ ਸੰਤ ਮਿਲਾਇਆ, ਭਾਗ ਹੋਆ ਗੁਰ ਸੰਤ ਮਿਲਾਇਆ, ਭਾਗ ਹੋਆ ਭਾਗ ਹੋਆ ਗੁਰ ਸੰਤ ਮਿਲਾਇਆ, ਭਾਗ ਹੋਆ ਗੁਰ ਸੰਤ ਮਿਲਾਇਆ, ਭਾਗ ਹੋਆ ਪ੍ਰਭ ਅਬਿਨਾਸੀ ਘਰ ਮੈਂ ਪਾਇਆ, ਪ੍ਰਭ ਅਬਿਨਾਸੀ ਘਰ ਮੈਂ ਪਾਇਆ, ਪ੍ਰਭ ਅਬਿਨਾਸੀ ਸੇਵ ਕਰੀ ਪਲ ਚਸਾ ਨ ਵਿਛੁੜਾ, ਸੇਵ ਕਰੀ ਪਲ ਚਸਾ ਨ ਵਿਛੁੜਾ, ਸੇਵ ਕਰੀ ਜਨ ਨਾਨਕ ਦਾਸ ਤੁਮਾਰੇ ਜੀਓ, ਜਨ ਨਾਨਕ ਦਾਸ ਤੁਮਾਰੇ ਜੀਓ, ਜਨ ਨਾਨਕ ਭਾਗ ਹੋਆ ਗੁਰ ਸੰਤ ਮਿਲਾਇਆ, ਭਾਗ ਹੋਆ ਗੁਰ ਸੰਤ ਮਿਲਾਇਆ, ਭਾਗ ਹੋਆ ਗੁਰ ਚਰਨ ਲਾਗੇ ਦਿਨ ਸੁਭਾਗੇ। ਦਿਨ ਸੋਹਣੇ ਭਾਗਾਂ ਵਾਲੇ ਆਏ, ਜਦੋਂ ਅੰਦਰ ਪਰਮੇਸ਼ਰ ਦੀ ਆਵਾਜ਼ ਸ਼ੁਰੂ ਹੋਈ, ਆਪਣਾ ਪਿਰ ਜਾਪਏ, ਉਸ ਪਰਮਾਤਮਾ ਨੂੰ ਸਾਰਾ ਸਰੀਰ ਹੀ ਜਪੀ ਜਾਂਦਾ। ਗੁਰਮੁਖ ਰੋਮ ਰੋਮ ਹਰ ਧਿਆਵੈ ਅਨਹਤ ਬਾਣੀ, ਬਿਨਾਂ ਵਜਾਉਣ ਤੋਂ ਅੰਦਰ ਇੱਕ ਸੰਗੀਤ ਵੱਜ ਰਿਹਾ, ਅਨਹਤ ਬਾਣੀ ਕਿੱਥੋਂ ਮਿਲੀ? ਇਹ ਗੁਰ ਸ਼ਬਦ ਜਾਣੀ, ਗੁਰੂ ਕੇ ਸ਼ਬਦ ਦੀ ਕਮਾਈ ਕਰਕੇ ਉਹਨੂੰ ਜਾਣਿਆ। ਹਰ ਨਾਮ ਹਰ ਰਸ ਭੋਗੋ, ਉਹ ਗੁਰਮੁਖ ਪਰਮੇਸ਼ਰ ਦੇ ਨਾਮ ਦਾ, ਹਰੀ ਦੇ ਰਸ ਦਾ ਭੋਗ ਕਰਦਾ। ਭੋਗ ਉਹ ਵੱਡਾ ਭੋਗ ਏ, ਇਹ ਨਹੀਂ ਕਿ ਤਿਆਗੀ ਹੋ ਜਾਂਦਾ ਗੁਰਮੁਖ ਅਤੇ ਕੁਝ ਨਹੀਂ, ਬਿਲਕੁਲ ਖੁਸ਼ਕ ਹੋ ਜਾਂਦਾ, ਨਹੀਂ, ਉਹ ਤਾਂ ਦੁਨੀਆ ਤੋਂ ਕਰੋੜਾਂ ਗੁਣਾ ਵੱਧ ਭੋਗ ਵਿੱਚ ਚਲਾ ਜਾਂਦਾ। ਤਾਂ ਇਸ ਤਰ੍ਹਾਂ ਕਹੇ ਨਾਨਕ ਪ੍ਰਭ ਆਪ ਮਿਲਿਆ। ਗੁਰੂ ਅਮਰਦਾਸ ਜੀ ਕਹਿੰਦੇ ਆਪ ਪਰਮੇਸ਼ੁਰ ਮਿਲਿਆ, ਜਿਹੜਾ ਕਰਨ ਕਾਰਨ ਜੋਗੋ, ਜੋ ਕਾਰਨ ਬਣਾ ਕੇ ਆਪ ਹੀ ਆਪਣੇ ਸੇਵਕਾਂ ਨੂੰ ਮਿਲਦਾ। ਆਓ ਪਿਆਰ ਨਾਲ ਜਪੀ, ਸਮਾਪਤੀ ਕਰੀਏ। ਵਾਹਿਗੁਰੂ 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 ਵਾਹਿ ਵਾਹਿਗੁਰੂ 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 ਵਾ
ਵਾਹਿਗੁਰੂ 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 ਸੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਾ ਕਰਨ, ਇਹ ਦਾਤਾ ਸਾਡੇ ਜੀਵਨ ਵਿੱਚ ਵੱਸ ਜਾਣ। ਅਰਦਾਸ ਕਰਿਓ ਮਹਾਰਾਜ ਦੇ ਚਰਨਾਂ ਵਿੱਚ, ਵਿਚਾਰਾਂ ਕਰਦਿਆਂ ਤੋਂ ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਆਪ ਜੀ ਨੇ ਖਿਮਾ ਕਰਨੀ ਜੀ। ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।